ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ। ਰਾਹੁਲ ਨੂੰ ਪੱਪੂ ਕਿਹਨੇ ਆਖਿਆ ਸੀ? ਨਵਜੋਤ ਸਿੰਘ ਸਿੱਧੂ ਨੂੰ, ਤੇ ਹੁਣ ਕਹਿੰਦਾ ਪੱਪੂ ਮੇਰਾ ਪਿਓ। ਮੁੰਨੀ ਨਾਲੋਂ ਨਾਲ ਸ਼ੀਲਾ ਨਾਲੋਂ ਵੱਧ ਕਾਂਗਰਸ ਬਦਨਾਮ ਹੈ, ਕੀ ਕੁਛ ਨਹੀਂ ਕਹਿੰਦਾ ਰਿਹਾ ਤੇ ਸਾਰੀਆਂ ਗੱਲਾਂ ਕਹਿ ਕੇ ਉਸ ਦਿਨ ਸੋਨੀਆ ਗਾਂਧੀ ਦੇ ਪੈਰਾਂ 'ਚ ਪਿਆ ਸੀ। ਇਹ ਤਾਂ ਮਹਾ ਮਤਲਬ ਲਫ਼ਜ਼ ਨਹੀਂ ਮੈਂ ਵਰਤ ਸਕਦਾ, ਜਿਵੇਂ ਹੁੰਦਾ ਨਾ ਲਫ਼ਜ਼ ਹੀ। ਲੋਕਾਂ ਨਾਲ ਜਿਹੜੇ 2 ਸਾਲਾਂ 'ਚ ਵਾਅਦੇ ਹੋਏ ਆ, ਪਿਛਲੇ 2 ਸਾਲਾਂ 'ਚ ਜਿਹੜੇ ਧੋਖੇ ਹੋਏ ਆ, ਉਹ ਵਾਅਦਿਆਂ ਨੂੰ ਅਸੀਂ ਆ ਕੇ ਵਿਧਾਨ ਸਭਾ 'ਚ ਉਜਾਗਰ ਕਰਨ ਦਾ ਕੰਮ ਕੀਤਾ, ਜਿਹੜਾ ਇੱਕ ਲੀਡਰ, ਜਿਹੜਾ ਇੱਕ ਓਪੋਜੀਸ਼ਨ ਦਾ ਫਰਜ਼ ਵੀ ਬਣਦਾ ਡੈਮੋਕ੍ਰੇਸੀ 'ਚ। ਮਗਰ ਤੁਸੀਂ ਅੱਜ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਜੇ ਸੱਚਾਈ ਲਿਆ ਕੇ ਕਾਂਗਰਸ ਦੀ ਵਿਧਾਨ ਸਭਾ 'ਚ ਰੱਖੋ ਤਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਮਿਰਚਾਂ ਲੜਦੀਆਂ ਨੇ, ਫਿਰ ਕਿਸ ਤਰੀਕੇ ਨਾਲ ਵਿਧਾਨ ਸਭਾ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਤੁਹਾਡੇ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ। ਸਭ ਤੋਂ ਪਹਿਲੇ ਦਿਨ ਜਿੱਦੇ ਨੇ ਸੈਸ਼ਨ ਸ਼ੁਰੂ ਹੋਇਆ ਸੀ, ਜਿਹੜੇ ਪਰਿਵਾਰ ਸੂਸਾਈਡ ਕਰ ਗਏ ਸਨ, ਜਿਨ੍ਹਾਂ ਨਾਲ ਕਾਂਗਰਸ ਦੇ ਮੈਨੀਫੈਸਟੋ 'ਚ ਵਾਅਦਾ ਕੀਤਾ ਗਿਆ ਸੀਗਾ ਕਿ ਤੁਹਾਨੂੰ ਇੱਕ ਜੇ ਕੋਈ ਪਰਿਵਾਰ ਸੂਸਾਈਡ ਕਰੂ ਉਹਦਾ ਸਾਰਾ ਕਰਜ਼ਾ ਵੀ ਮਾਫ਼ ਕਰਾਂਗੇ ਜਿਵੇਂ ਬਾਕੀ ਕਿਸਾਨਾਂ ਦਾ ਕਰਨਾ, 10 ਲੱਖ ਮਦਦ ਦੇ ਤੌਰ 'ਤੇ ਦੇਵਾਂਗੇ, ਇੱਕ ਨੌਕਰੀ ਦੇਵਾਂਗੇ। ਅਸੀਂ ਪਹਿਲੇ ਦਿਨ ਉਹ ਸਾਰੇ ਪਰਿਵਾਰ ਲੈ ਕੇ ਆਏ ਤੁਹਾਡੇ ਸਾਹਮਣੇ ਇੱਥੇ ਲੋਕਾਂ ਨੂੰ, ਇਹਨਾਂ ਨੂੰ ਅਸਲੀਅਤ ਵਿਖਾਉਣ ਲਈ, ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਕਰਨ ਵਾਸਤੇ ਕਿ ਇਹ ਅਸਲੀਅਤ ਹੈ। 919 ਕਿਸਾਨ ਖੁਦਕੁਸ਼ੀ ਕਰ ਗਿਆ ਮਗਰ ਕਿਸੇ ਨੂੰ ਨਾ ਨੌਕਰੀ ਮਿਲੀ ਹੈ, ਨਾ ਉਹਨਾਂ ਦਾ ਕਰਜ਼ਾ ਮਾਫ਼ ਹੋਇਆ ਅਤੇ ਨਾ ਉਹਨਾਂ ਨੂੰ 10 ਲੱਖ ਮਦਦ ਦੇ ਤੌਰ 'ਤੇ ਮਿਲਿਆ। 90,000 ਕਰੋੜ ਦਾ ਕਰਜ਼ਾ ਸੀ ਜਿਹੜਾ ਮੈਂ ਕੋਟ ਐਂਡ ਕੋਟ ਕੌਫੀ ਵਿਦ ਕੈਪਟਨ, ਹਲਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਾ ਕੇ ਕਿਹਾ ਸੀ, ਭਾਵੇਂ ਉਹ ਆੜ੍ਹਤੀਏ ਦਾ ਕਰਜ਼ਾ ਹੈ, ਭਾਵੇਂ ਉਹ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਹੈ ਅਤੇ ਭਾਵੇਂ ਉਹ ਕੋਪਰੇਸ਼ਨ ਦਾ ਕਰਜ਼ਾ, ਮੈਂ ਸਾਰੇ 'ਤੇ ਲੀਕ ਮਾਰ ਦੂੰ। ਮਗਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੇ ਤੁਸੀਂ ਉਹ ਮੁੱਦਾ ਆ ਕੇ ਵਿਧਾਨ ਸਭਾ 'ਤੇ ਚੁੱਕੋ ਅਤੇ ਕਾਂਗਰਸ ਪਾਰਟੀ ਦੀ, ਕਿਉਂਕਿ ਗਿਣਤੀ ਇਹ 80 ਦੇ ਨੇੜੇ ਨੇੜੇ ਹੈ ਅਤੇ ਆਪ ਵੀ ਉਹਨਾਂ ਨਾਲ ਰਲ ਜਾਂਦੀ ਹੈ ਅਤੇ ਸਾਡੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ 2017 'ਚ ਸਰਕਾਰ ਇਹਨਾਂ ਦੀ ਬਣ ਗਈ ਹੈ। 2 ਸਾਲ ਲੰਘ ਗਏ, 3 ਬਜਟ ਤੁਸੀਂ ਪੇਸ਼ ਕਰ ਲਏ, ਜੇ ਤੁਹਾਡੀ ਗੱਲ ਨਹੀਂ ਕਰਾਂਗੇ ਤਾਂ ਕਿਹਦੀ ਗੱਲ ਕਰਾਂਗੇ? ਚਲੋ ਉਹ ਗੱਲ ਵੀ ਛੱਡੋ। ਫਿਰ ਮੁੱਦਾ ਆਇਆ ਕਿ ਪੰਜਾਬ ਦੀ ਵਿਧਾਨ ਸਭਾ ਨੇ ਜੋ ਪਾਕਿਸਤਾਨ ਜੈਸ਼ੇ ਮੁਹੰਮਦ, ਇਮਰਾਨ ਖਾਨ, ਜਨਰਲ ਬਾਜਵੇ ਦੇ ਜੋ ਅਟੈਕ ਕਰਾਇਆ ਗਿਆ ਜਿਸ 'ਚ 44 ਸੈਨਿਕ ਸ਼ਹੀਦ ਹੋ ਗਏ, ਉਹਦੇ 'ਚ ਇੱਕ ਰੈਜੋਲਿਊਸ਼ਨ ਲਿਆਉਂਦਾ, ਤੁਹਾਡੇ ਸਾਰਿਆਂ ਦੇ ਸਾਹਮਣੇ ਸੀ ਰੈਜੋਲਿਊਸ਼ਨ ਲਿਆਉਣ ਵਾਲੀ ਵੀ ਸਰਕਾਰ, ਅਤੇ ਰੈਜੋਲਿਊਸ਼ਨ ਨੂੰ ਸਰਬਸੰਮਤੀ ਨਾਲ ਪਾਸ ਕੀਤਾ, ਕੰਡੈਮਿੰਗ ਦ ਰੋਲ ਆਫ ਪਾਕਿਸਤਾਨ, ਕੰਡੈਮਿੰਗ ਦ ਰੋਲ ਆਫ ਜੈਸ਼ੇ ਮੁਹੰਮਦ, ਕੰਡੈਮਿੰਗ ਦ ਰੋਲ ਆਫ ਇਮਰਾਨ ਖਾਨ ਐਂਡ ਜਨਰਲ ਬਾਜਵਾ, ਔਰ ਇਹ ਕਿਹਾ ਗਿਆ ਕਿ ਉਹਦਾ ਜਵਾਬ ਦੇਣਾ ਚਾਹੀਦਾ। ਮਗਰ ਇੱਕ ਮੰਤਰੀ ਸਾਹਿਬ ਸਨ ਉਹਦੇ 'ਚ ਜਿਨ੍ਹਾਂ ਨੇ ਅੱਜ ਤੱਕ, ਹੁਣ ਤੱਕ ਮੈਨੂੰ ਤਾਂ ਬੜੀ ਵਾਰੀ ਕੰਡੈਮ ਕਰਤਾ ਮਗਰ ਪਾਕਿਸਤਾਨ ਨੂੰ ਹਾਲੇ ਤੱਕ ਕੰਡੈਮ ਕਰਨਾ ਠੀਕ ਨਹੀਂ ਸਮਝਿਆ। ਹਾਲੇ ਤੱਕ ਇਹ ਨਹੀਂ ਕਿਹਾ ਕਿ ਇਮਰਾਨ ਖਾਨ ਨੇ ਜੋ ਕਰਾਇਆ ਪੁਲਵਾਮਾ 'ਚ ਉਹ ਗਲਤ ਹੈ। ਸਾਰਾ ਦੇਸ਼ ਇੱਕ ਪਾਸੇ ਹੈ, ਇਹ ਗੱਦਾਰ ਮੰਤਰੀ ਨਵਜੋਤ ਸਿੱਧੂ ਇੱਕ ਪਾਸੇ ਹੈ,
ਜਿਹੜਾ ਹਾਲੇ ਤੱਕ ਇਹ ਗੱਲ ਨਹੀਂ ਕਹਿ ਕੇ ਰਾਜ਼ੀ, ਜਨਰਲ ਬਾਜਵੇ ਨੂੰ ਜੱਫੀ ਪਾ ਕੇ ਰਾਜ਼ੀ ਹੈ, ਜਿਹੜੇ ਸ਼ਹੀਦ ਹੋਏ ਪਰਿਵਾਰ ਹੈ ਇਹਦੀ ਡਿਊਟੀ ਲੱਗੀ ਸੀ ਉੱਥੇ ਮੇਜਰ ਜੈਮਲ ਸਿੰਘ ਦੇ, ਉੱਥੇ 3 ਘੰਟੇ ਲੇਟ ਪਹੁੰਚੇ, ਉਹਦੇ ਸੰਸਕਾਰ 'ਤੇ ਨਹੀਂ ਪਹੁੰਚੇ। ਫਿਰ ਪਾਠ ਇਹ ਸਭ ਨੂੰ ਪੜ੍ਹਾਉਂਦੇ ਆ ਦੇਸ਼ ਭਗਤੀ ਦੇ। ਚਲੋ ਉਹ ਮੁੱਦਾ ਆਇਆ, ਉਹਦੇ ਬਾਅਦ ਅਸੀਂ ਇੰਪਲੋਈਜ਼ ਦੀ ਗੱਲ ਕੀਤੀ ਜੋ ਪਟਿਆਲੇ 'ਚ ਇੰਪਲੋਈਜ਼ ਨੂੰ ਕੁੱਟ ਪਈ। ਇੱਕ ਪਾਸੇ ਤਾਂ ਕਹਿੰਦੇ ਆ ਜੀ ਅਸੀਂ ਪੱਕੇ ਕਰ ਦੇਣੇ ਆ, ਅੱਜ ਮੈਂ ਕਿਉਂ ਇੱਥੇ ਆਇਆ, MLA ਦੀ ਸੈਲਰੀ ਵਧਾਉਣ ਦਾ ਬਿੱਲ ਤਾਂ ਇਹ ਲੈ ਬੈਠੇ ਆ, ਤੁਸੀਂ ਆਪਦੀਆਂ ਤਨਖਾਹਾਂ ਵਧਾ ਲੈਂਦੇ ਹੋ ਐਜ ਮੰਤਰੀ, MLA ਦੀ ਵਧਾ ਲੈਂਦੇ ਹੋ, ਮੈਂ ਤਾਂ ਉਹਦੇ ਵਿਰੋਧ 'ਚ ਕਿ ਤੁਸੀਂ ਜੋ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦਾ, ਸਾਡੇ ਨੌਜਵਾਨਾਂ ਨੂੰ ਅੱਗੇ ਬਾਹਰ ਕੁੱਟ ਪਈ ਹੈ, ਜਿਹੜੇ ਉਹ ਵਾਅਦਾ ਯਾਦ ਕਰਾਉਣ ਵਾਸਤੇ ਆਏ ਸੀ, ਅੱਜ ਉਹ ਮੁੱਦੇ ਨੂੰ ਲੈ ਕੇ ਆਏ ਇੰਪਲੋਈਜ਼ ਨੂੰ ਜਿਨ੍ਹਾਂ ਦੀ 45,000 ਤੋਂ ਤਨਖਾਹ 11,000 ਕਰਤੀ ਕੁਛ ਦਿਨ ਪਹਿਲਾਂ ਲੈ ਕੇ ਆਏ ਸੀ, ਤਾਂ ਇੱਥੇ ਤੁਸੀਂ ਵੇਖਿਆ ਲੈਵਲ ਆਫ ਡਿਬੇਟ ਕੀ ਹੋ ਗਿਆ। ਇਸੇ ਤਰ੍ਹਾਂ ਸਮਾਰਟਫੋਨ ਦੀ ਗੱਲ ਹੋਈ, ਕਹਿਣ ਦਾ ਮੇਰਾ ਭਾਵ ਹੈ ਕਿ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਓਪੋਜੀਸ਼ਨ ਦਾ ਫਰਜ਼ ਹੈ, ਅਸੀਂ ਉਠਾਉਂਦੇ ਰਹੇ, ਮਗਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਾਂਗਰਸ ਨੂੰ ਉਹਦਾ ਅਸਲੀ ਚਿਹਰਾ ਵਿਖਾਓ, ਅਤੇ ਜਿਸ ਤਰੀਕੇ ਦੀ ਸ਼ਬਦਾਵਲੀ, ਜਿਸ ਤਰੀਕੇ ਦੀ ਉੱਥੇ ਪੋਸਚਰਿੰਗ ਕੀਤੀ ਜਾਂਦੀ ਹੈ ਉਹ ਬੜੀ ਦੁਖਦਾਈ ਹੈ, ਕਿ ਆਵਾਜ਼ ਬੰਦ ਕਰ ਦਿਓ, ਇਹ ਮੂੰਹ ਨਾ ਖੋਲ੍ਹੇ। ਮੈਂ ਵਿਧਾਨ ਸਭਾ 'ਚ ਇਸ ਲਈ ਨਹੀਂ ਆਉਂਦਾ ਕਿ ਮੈਨੂੰ ਇਹਨਾਂ ਦੇ ਮੰਤਰੀ ਦੱਸਣਗੇ ਮੈਂ ਕਿਹੜਾ ਮੁੱਦਾ ਚੁੱਕਣਾ ਕਿਹੜਾ ਨਹੀਂ ਚੁੱਕਣਾ। ਜੋ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਤਾਂ ਨੇ ਉਹ ਮੁੱਦਾ ਲਿਆ ਕੇ ਵਿਧਾਨ ਸਭਾ 'ਚ ਚੁੱਕਣਾ ਮੇਰੀ ਜ਼ਿੰਮੇਵਾਰੀ ਹੈ, ਮੈਂ ਬੇਖੂਬੀ ਉਸ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹੂੰਗਾ ਭਾਵੇਂ ਮੇਰੇ ਗੋਲੀ ਮਾਰ ਦੇਣ। ਮਗਰ ਇਹ ਨਾ ਸਮਝਣ, ਇਹ ਦਿਮਾਗ 'ਚੋਂ ਕੱਢ ਜਾਣ ਇਹ ਸਿੱਧੂ ਵਰਗੇ ਗੱਦਾਰ ਲੋਕ ਕਿ ਮਜੀਠੀਏ ਨੂੰ ਇਹ ਚੁੱਪ ਕਰਾ ਦੇਣਗੇ। ਇਹ ਅੱਜ ਇਹ ਪਰਿਵਾਰਾਂ ਦੇ ਬਾਰੇ ਟਿੱਪਣੀ ਸ਼ੁਰੂ ਹੋ ਗਈ, ਬੜੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ। ਫਿਰ ਜਦੋਂ ਗਾਂਧੀ ਪਰਿਵਾਰ ਬਾਰੇ ਟਿੱਪਣੀ ਹੁੰਦੀ ਹੈ ਤਾਂ ਫਿਰ ਕਿਉਂ ਤੁਸੀਂ ਐਕਸਪੰਜ ਕਰਦੇ ਹੋ? ਮੇਰਾ ਜੀ ਨਹੀਂ ਕਰਦਾ ਗੱਲਾਂ 'ਚ ਜਾਣ ਨੂੰ, ਮੇਰੇ ਕੋਲ ਵੀ ਬੜਾ ਇਹੋ ਜਿਹਾ ਮਟੀਰੀਅਲ ਹੈ। ਇਹ ਪੋਲੋ ਹੋਸਪਿਟਲ, ਫੋਰਟਿਸ ਹੋਸਪਿਟਲ ਕਿਹਦੀ ਘਰ ਦੀ ਦਾਖਲ ਰਹੀ ਸੀ, ਕਿਉਂ ਰਹੀ ਸੀ, ਮੈਂ ਇਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ, ਬਿਕੋਜ਼ ਇਹ ਹੈ ਨਹੀਂ। ਮਗਰ ਅਫਸੋਸ ਹੈ ਕਿ ਇਹ ਨਹੀਂ ਕਿ ਸਾਡੀ ਜ਼ਬਾਨ 'ਚ ਅਸੀਂ ਕੁਝ ਗੱਲਾਂ ਨਹੀਂ ਕਰ ਸਕਦੇ, ਮਗਰ ਮੈਂ ਇਹੋ ਜਿਹੀ ਰਾਜਨੀਤੀ, ਘਟੀਆ ਰਾਜਨੀਤੀ ਜੋ ਪੰਜਾਬ ਦੀ ਵਿਧਾਨ ਸਭਾ 'ਚ, ਜੇ ਲੋਕਾਂ ਦੇ ਮੁੱਦੇ ਦੀ ਗੱਲ ਕਰੋ, ਜੇ ਦੇਸ਼ ਦੀ ਗੱਲ ਕਰੋ, ਅੱਗਿਓਂ ਗਾਲਾਂ ਪੈਂਦੀਆਂ। ਤੁਸੀਂ ਮੈਨੂੰ ਗੱਲ ਦੱਸੋ, ਇਹ ਰੇਲ ਟ੍ਰੈਜਡੀ ਹੋਈ, ਜੇ ਉਹ ਰੇਲ ਟ੍ਰੈਜਡੀ ਵਾਲੇ ਵਿਕਟਮਸ ਇੱਥੇ ਆਏ ਆ, ਮੈਂ ਉਹਨਾਂ ਦੀ ਗੱਲ ਚੁੱਕ ਰਿਹਾ ਤਾਂ ਮੈਂ ਕੋਈ ਪਾਪ ਕਰਤਾ ਜੀ? ਉਹਨਾਂ ਨਾਲ ਵਾਅਦਾ ਕਿਹਨੇ ਕੀਤਾ ਸੀ ਜਾ ਕੇ ਨੌਕਰੀ ਦਾ? 61 ਪਰਿਵਾਰਾਂ ਨਾਲ ਨੌਕਰੀ ਦਾ ਵਾਅਦਾ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀ, ਮੰਤਰੀ ਔਨ ਰਿਕਾਰਡ ਕਾਲ ਟੈਂਸ਼ਨ 'ਚ ਜਵਾਬ ਦੇ ਰਿਹਾ ਕਿ ਕੋਈ ਨੌਕਰੀ ਨਹੀਂ ਮਿਲਣੀ, ਅਤੇ ਮੈਂ ਉਸ ਗੱਲ ਨੂੰ ਉਜਾਗਰ ਕਰਾਂ ਕਿ ਮੈਂ ਬਕਾਊ ਬਣ ਜਾਂ, ਮੈਂ ਨਾ ਚੁੱਕਾਂ ਉਹਨਾਂ ਗਰੀਬਾਂ ਦੀ ਗੱਲ? ਅਤੇ ਜੇ ਮੈਂ ਗਰੀਬਾਂ ਦੀ ਗੱਲ ਚੁੱਕੀ, ਪਹਿਲੀ ਵਾਰੀ ਦੇਖੋ ਕਾਨੂੰਨ ਦੀ ਧੱਜੀਆਂ ਉਡਾਈਆਂ ਗਈਆਂ ਨੇ, ਕਾਲ ਟੈਂਸ਼ਨ 'ਚ ਇੱਕ ਸਪਲੀਮੈਂਟਰੀ ਅਲਾਊਡ ਹੁੰਦੀ ਹੈ, ਮੇਰੀ ਸਪਲੀਮੈਂਟਰੀ ਦਾ ਜਵਾਬ ਨਹੀਂ ਆਉਣ ਦਿੱਤਾ, ਮਾਈਕ ਲੋਕਲ ਬਾਡੀ ਮਿਨਿਸਟਰ ਨੂੰ ਪਕੜਾਤਾ ਜਾਂਦਾ ਕਿ ਉਹ ਜਵਾਬ ਦੇਵੇ, ਕੀ ਇਹ ਕਰ ਕੀ ਰਹੇ ਆ? ਮਤਲਬ ਕਿ ਤੁਸੀਂ ਹਰ ਤਰੀਕੇ ਦੇ ਕਾਨੂੰਨ ਨੂੰ ਛਿੱਕੇ 'ਤੇ ਟੰਗ ਦਿਓਗੇ ਜੇ ਲੋਕਾਂ ਦੀ ਗੱਲ ਹੋਵੇ। ਅੱਜ ਆਸ਼ੂ ਦੀ ਗੱਲ ਆਈ ਹੈ, ਉੱਦਣ ਕੀ ਬਿਆਨ ਸੀ ਨਵਜੋਤ ਸਿੰਘ ਦੇ ਲੋਕਲ ਬਾਡੀ ਮੰਤਰੀ ਦੇ, ਕਿ ਮੰਤਰੀ ਹੋਵੇ ਸੰਤਰੀ ਹੋਵੇ ਮੈਂ ਠੋਕ ਦੂੰਗਾ, ਅਤੇ ਵੀਡੀਓ ਰਿਕਾਰਡਿੰਗ ਆ ਗਈ, ਆਡੀਓ ਰਿਕਾਰਡਿੰਗ ਆ ਗਈ ਕਿ ਇੱਕ ਅਫਸਰ ਨੂੰ ਦਬਕੇ ਮਾਰੇ ਜਾ ਰਹੇ ਆ, ਉਹ ਅਫਸਰ ਨੂੰ ਆਹ ਲਫ਼ਜ਼, ਮੈਂ ਉਹ ਰਿਕਾਰਡਿੰਗ ਤਾਂ ਤੁਹਾਡੇ ਕੋਲ ਆਈ ਗਈ ਹੈ, ਮਗਰ ਮੈਂ ਮੇਨ ਉਹਦੇ 'ਚੋਂ ਜਿਸਟ ਕੱਢ ਰਿਹਾ, ਮਿੱਦ ਕੇ ਰੱਖ ਦੂੰ ਤੈਨੂੰ, DSP ਨੂੰ ਕਿਹਾ ਜਾ ਰਿਹਾ ਕਮਜ਼ੀਰ ਵੱਲੋਂ, ਮਿੱਦ ਕੇ ਰੱਖ ਦੂੰ।
ਕੋਈ ਅਫਸਰ ਕੰਮ ਕਰ ਸਕਦਾ ਇਹਨਾਂ ਹਾਲਾਤਾਂ 'ਚ ਜਿਹਦੇ ਬਾਰੇ ਇਹ ਕਿਹਾ ਗਿਆ। ਫਿਰ ਹਾਈ ਕੋਰਟ ਨੂੰ ਦੱਸਦੀ ਜਾ ਕੇ ਕਿ ਮੰਤਰੀ ਨਹੀਂ ਹੋਣ ਦਿੰਦਾ ਕਿ ਇਸ ਗੱਲ 'ਤੇ ਅਸੀਂ ਚੁੱਪ ਰਹੀਏ ਜੀ। ਫਿਰ ਹਾਈ ਕੋਰਟ ਤੋਂ ਡਰ ਲੱਗਦਾ ਤਾਂ ਛੁੱਟੀ ਲੈ ਜਾ ਇਹ DSP ਨੂੰ। ਦੈਨ ਆਹ ਅਗਲੀ ਗੱਲ ਸੁਣ ਲਓ, ਯੂ ਡੋਂਟ ਹੈਵ ਟੂ ਇੰਟਰਫੇਅਰ। ਜਿੰਨਾ ਮਰਜ਼ੀ ਸਰਕਾਰ ਦਾ ਜਾਂ ਕਾਰਪੋਰੇਸ਼ਨ ਦਾ ਨੁਕਸਾਨ ਹੋਵੇ, ਮਤਲਬ ਜਿਹੜਾ ਮਰਜ਼ੀ ਚੂਨਾ ਲੱਗ ਜੇ ਖਜ਼ਾਨੇ ਨੂੰ, DSP ਨੂੰ ਮੰਤਰੀ ਸਾਹਿਬ ਕਹਿ ਰਿਹਾ ਜਿੰਨਾ ਮਰਜ਼ੀ ਚੂਨਾ ਲੱਗ ਜੇ ਇਹ ਗੱਲ ਨਹੀਂ ਕਰਨੀ। ਫਿਰ ਅੱਗੇ ਕਹਿੰਦਾ ਤੂੰ ਇੱਥੇ ਆਪਣੇ ਮਿਨਿਸਟਰ ਦਾਤੇ ਅਤੇ ਬਨੀ ਉਹੀ ਹੈ ਜੀ ਜਿਹੜਾ ਇਹਦੇ ਨਾਲ ਉਹ ਗੁਰਨਾਮ ਸਿੰਘ ਮਰਡਰ ਕੇਸ 'ਚ ਹੈ, ਜਿਹੜੇ ਇਹ ਸਹੁੰ ਖਾ ਲਵੇ, ਚਲੋ ਗੱਲ ਮੈਂ ਬਾਅਦ 'ਚ ਕਰਦਾ, ਤੂੰ ਇੱਥੇ ਆਪਣੇ ਮਿਨਿਸਟਰ ਦਾ ਅਤੇ ਬਨੀ ਦਾ ਇੰਟਰਸਟ ਵਾਚ ਕਰਨ ਲਈ ਆਇਆ। ਦੱਸੋ ਇਹ ਮੈਂ ਤੁਹਾਨੂੰ ਮੇਨ ਐਕਸਪਰਟਸ ਕੋਰਟ ਐਂਡ ਕੋਰਟ ਉਹਨਾਂ ਵੀ ਆਡੀਓ 'ਚੋਂ ਕੱਢੀ ਹੈ, ਜੇ ਇਹ ਗੱਲਾਂ ਅਸੀਂ ਕਰੀਏ ਤਾਂ ਮੰਤਰੀ ਨੂੰ ਤਾਂ ਮਿਰਚਾਂ ਲੱਗਣੀਆਂ ਨੇ। ਰਿਕਾਰਡਿੰਗ ਸਾਹਮਣੇ, ਕਰੋੜਾਂ ਦੀ ਠੱਗੀ ਸਾਹਮਣੇ, ਅਤੇ ਆਹ ਥੀਏਟ੍ਰਿਕਸ ਚੱਲਦੀ ਹੈ, ਲਾਫਟਰ ਸ਼ੋਅ ਚੱਲਦਾ, ਮੈਂ ਠੋਕ ਦੂੰ, ਮੈਂ ਕਰ ਦੂੰ, ਠੋਕ ਦੇ ਫਿਰ, ਲਿਵ ਬਾਏ ਐਗਜ਼ਾਮਪਲ, ਨਹੀਂ ਤਾਂ ਠੋਕੋ ਤਾਲੀ ਫਿਰ ਅਸੀਂ ਕੀਤੀ ਅੰਦਰ ਕਿ ਅੰਦਰ ਤਾਂ ਫਿਰ ਠੋਕੋ ਤਾਲੀ ਚੱਲੀ ਹੈ ਕਿ ਇਹ ਡਰਾਮਾ ਹੀ ਚੱਲਦਾ। ਕਪਿਲ ਸ਼ਰਮਾ ਸ਼ੋਅ ਤੋਂ ਬਾਹਰ ਹੋ ਗਏ ਦੇਸ਼ ਦਰੋਹ ਦੇ ਕਮਲਿਆਂ 'ਚ, ਅਤੇ ਇੱਥੇ ਕਪਿਲ ਸ਼ੋਅ ਬਣਾ ਕੇ ਰੱਖਤਾ ਸਾਰੀ ਵਿਧਾਨ ਸਭਾ ਨੂੰ। ਮੈਨੂੰ ਬੜਾ ਦੁੱਖ ਹੈ ਕਿ ਜਦ ਇਹਨਾਂ ਨੂੰ ਆਪ ਦੇ ਕੀਤੇ ਹੋਏ ਪੁੱਠੇ ਖੰਮਾਂ ਦਾ ਜਵਾਬ ਨਹੀਂ ਆਉਂਦਾ, ਫਿਰ ਇਹ ਪਰਸਨਲ ਫੈਮਿਲੀ ਨੂੰ ਲੈ ਕੇ ਇਹ ਟਿੱਪਣੀਆਂ ਸ਼ੁਰੂ ਕਰ ਦਿੰਦੇ। ਮਾਈ ਫੈਮਿਲੀ ਡਜ਼ਨਟ ਨੀਡ ਐਨੀ ਸਰਟੀਫਿਕੇਟ ਫਰੋਮ ਅ ਮਰਡਰਰ ਲਾਈਕ ਨਵਜੋਤ ਸਿੰਘ ਸਿੱਧੂ, ਜਿਹਨੇ ਹਾਂਜੀ ਜਿਹਨੇ ਇੱਕ ਵਾਰੀ ਪਿਓ ਨਹੀਂ 10 ਵਾਰੀ ਤਾਂ ਪਿਓ, ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿ ਰਿਹਾ ਕਿ ਮੈਂ ਗੱਲਾਂ ਕਹਿ ਰਿਹਾ, ਪਹਿਲਾਂ ਆਹ ਹੁਣ ਅਖੀਰਲਾ ਫਾਦਰ ਤਾਂ ਫਾਦਰਲੀ ਫਿਗਰ ਤਾਂ ਕੈਪਟਨ ਅਮਰਿੰਦਰ ਸਿੰਘ ਸੀ ਨਾ, ਉਹ ਤਾਂ ਤੁਸੀਂ ਸੁਣ ਲਿਆ ਜਦੋਂ ਉਹਦੇ ਬਾਰੇ ਬਿਆਨ ਦਿੱਤਾ, ਕਿਹੜਾ ਕੈਪਟਨ, ਉਹ ਤਾਂ ਆਰਮੀ ਦਾ ਕੈਪਟਨ ਹੈ, ਪਹਿਲਾਂ ਕਹਿੰਦਾ ਮੇਰਾ ਪਿਓ ਸਮਾਨ। ਮੇਰੀ ਅੱਖਾਂ 'ਤੇ ਸਾਹਮਣੇ ਵੇਖਦਿਆਂ ਵੇਖਦਿਆਂ ਵਾਜਪਾਈ ਸਾਹਿਬ ਤੋਂ ਲੈ ਕੇ ਆ 10ਵਾਂ ਪਿਓ ਆ ਗਿਆ ਇਹ ਜੇ ਲੋਕਾਂ ਦਾ, ਮੈਂ ਬਿਆਨ ਦਊਂ ਜਿਹੜਾ ਰੋਜ਼ ਡੈਡੀ ਬਦਲਦਾ ਆਪਦਾ। ਮੇਰੇ ਵੀਰੋ ਮੈਂ ਬੜੇ ਦੁੱਖ ਨਾਲ ਇਹ ਗੱਲ ਕਰ ਰਿਹਾ ਅੱਜ, ਕਿਉਂਕਿ ਇਹ ਸ਼ਬਦਾਵਲੀ, ਇਹ ਭਾਸ਼ਾ ਵਿਧਾਨ ਸਭਾ 'ਚ ਵਰਤੀ ਜਾਂਦੀ ਹੈ ਕਿ ਮਜੀਠੀਆ ਮੂੰਹ ਨਾ ਖੁੱਲ੍ਹ, ਮਗਰ ਮੈਂ ਇਹ ਲੋਕਾਂ ਨੂੰ ਦੱਸਦਾ ਕਿ ਮੈਂ ਇਹਦੀਆਂ ਗਿੱਦੜ ਧਮਕੀਆਂ ਤੋਂ ਨਾ ਹਟਣ ਵਾਲਾ, ਪਿੱਛੇ ਜੇ ਝੂਠ ਬੋਲੂ ਜਿੱਥੇ ਬੋਲੂ ਇਹਦਾ ਲਿਆ ਕੇ ਪਰਦਾ ਫਾਸ਼ ਮੈਂ ਕਰੂੰ। ਔਰ ਅੱਜ ਵੀ ਆਹ ਰੇਲ ਟ੍ਰੈਜਡੀ ਦੇ ਵਿਕਟਮਸ ਨੂੰ ਇਨਸਾਫ ਦਿਵਾਉਣਾ ਕਿਹੜਾ ਗੁਨਾਹ ਹੋ ਗਿਆ ਜੀ? ਆਹ ਮੈਂ ਐਫੀਡੈਵਿਟ ਲੈ ਕੇ ਆਇਆ, ਮੈਨੂੰ ਪਤਾ ਸੀ ਅੰਦਰ, ਕਿਉਂਕਿ ਗੱਲ ਤਾਂ ਸੁਣੀ ਨਹੀਂ ਜਾਣੀ, ਇਹ ਐਫੀਡੈਵਿਟ ਸਾਈਨਡ ਬਾਈ ਈਚ ਐਂਡ ਐਵਰੀ ਪਰਸਨ ਜਿਨ੍ਹਾਂ ਦੇ ਕੋਲ ਮੈਂ ਪਹੁੰਚ ਕਰ ਸਕਿਆ, ਉਹਨਾਂ ਨੇ ਮੈਨੂੰ ਆਪ ਆ ਕੇ ਦਿੱਤੇ ਕਿ ਸਾਨੂੰ ਕੀ ਕਿਹਾ ਸੀ। ਆਹ ਤੁਹਾਡੀ ਅਖਬਾਰ ਦੀ ਖਬਰ ਹੈ ਇੱਕ, ਇਹ ਮੇਰੀ ਖਬਰ ਤਾਂ ਨਹੀਂ, 61 ਬੰਦੇ ਮਾਰੇ ਗਏ ਆ, ਹਾਲੇ ਤੱਕ ਕੋਈ ਪਰਚਾ ਦਰਜ ਨਹੀਂ। ਕਿਉਂ ਨਹੀਂ ਪਰਚਾ ਦਰਜ ਹੋ ਰਿਹਾ? ਕਮਿਸ਼ਨਰ ਕਾਰਪੋਰੇਸ਼ਨ ਕਹਿ ਰਿਹਾ ਸੁਨਾਲੀ ਗਿਰੀ, ਮੇਅਰ ਉਸ ਵਕਤ ਦਾ ਕਹਿ ਰਿਹਾ ਰਿੰਟੂ ਜੀ ਜੋ ਹੁਣ ਵੀ ਮੇਅਰ ਸਾਹਿਬ ਨੇ, ਕਿ ਕੋਈ ਪਰਮਿਸ਼ਨ ਨਹੀਂ ਲਈ ਗਈ, ਬਗੈਰ ਪਰਮਿਸ਼ਨ ਤੋਂ ਪ੍ਰੋਗਰਾਮ ਹੋ ਰਿਹਾ। ਕਿਉਂ ਹੋ ਰਿਹਾ? ਕਿਉਂਕਿ ਮਿਸਿਸ ਸਿੱਧੂ ਨੇ ਉੱਥੇ ਚੀਫ ਗੈਸਟ ਹੋਣਾ ਸੀ, ਹਲਕਾ ਕੀ ਦਾ ਮਿਸਟਰ ਸਿੱਧੂ ਦਾ, ਬਗੈਰ ਪਰਮਿਸ਼ਨ ਦਾ ਪਾਣੀ ਵਾਲਾ ਟੈਂਕਰ ਕਿਵੇਂ ਪਹੁੰਚ ਰਿਹਾ? ਬਗੈਰ ਪਰਮਿਸ਼ਨ ਤੋਂ ਕੰਮ ਹੋਇਆ ਅਤੇ ਉਹਦੇ ਲਈ ਕੋਈ ਜ਼ਿੰਮੇਵਾਰ ਹੈ ਕਿ ਨਹੀਂ? ਉਹ ਰੇਲ ਹਾਦਸਾ ਹੁੰਦਾ, 61 ਮਰ ਜਾਂਦੇ, 100 ਜ਼ਖਮੀ ਹੈ, ਅੱਜ ਤੱਕ 4 ਮਹੀਨਿਆਂ ਤੱਕ ਇੱਕ ਪਰਚਾ ਦਰਜ ਨਹੀਂ। ਕੀ ਇਹ ਦੇਸ਼ ਦਾ ਕਾਨੂੰਨ ਹੈ? ਗਰੀਬਾਂ ਵਾਲੇ, ਮਤਲਬ ਇਹ VVIPs ਲਈ ਕਾਨੂੰਨ ਵੱਖਰਾ ਹੈ ਅਤੇ ਬਾਕੀਆਂ ਲੋਕਾਂ ਲਈ ਕਾਨੂੰਨ ਵੱਖਰਾ ਹੈ? ਉਹ ਜੇ ਗੱਲ ਉਜਾਗਰ ਕੀਤੀ ਆ, ਇਹਨਾਂ ਦਾ ਬਿਆਨ ਹੈ ਨਵਜੋਤ ਸਿੰਘ ਸਿੱਧੂ ਦਾ, ਗਵਰਨਮੈਂਟ ਜੋਬ
ਫੋਰ ਫੈਮਿਲੀ ਮੈਂਬਰਸ ਆਫ ਦੋਸ ਕਿਲਡ ਇਨ ਅੰਮ੍ਰਿਤਸਰ ਟ੍ਰੇਨ ਐਕਸੀਡੈਂਟ। ਨਵਜੋਤ ਸਿੰਘ ਸਿੱਧੂ, ਮੈਂ ਤਾਂ ਨਹੀਂ ਦਿੱਤਾ ਸੀ, ਅਤੇ ਜੇ ਮੈਂ ਆ ਕੇ ਗੱਲ ਕਰਾਂ ਤਾਂ ਫਿਰ ਮਿਰਚਾਂ ਲੜਦੀਆਂ। ਫਿਰ ਇੱਥੇ ਕਿਹਾ ਪੀਪਲ ਫੋਲਿੰਗ ਇਨ ਓਲਡ ਏਜ ਕੈਟੇਗਰੀ ਵੁੱਡ ਬੀ ਗਿਵਨ ਪੈਨਸ਼ਨ। ਫਿਰ ਕਿਹਾ ਸਿੱਧੂ ਸੈਡ ਦੈਟ ਫੈਮਿਲੀਜ਼ ਵੁੱਡ ਨਾਟ ਬੀ ਲੈਫਟ ਇਨ ਦਾ ਲਰਚ। ਦਾ ਪੰਜਾਬ ਮਿਨਿਸਟਰ ਸੈਡ ਹੀ ਇਜ਼ ਕਮਿਟਡ ਟੂ ਹੈਲਪ ਦਾ ਅਫੈਕਟਡ ਫੈਮਿਲੀਜ਼। ਜੇ ਤੁਸੀਂ ਹੈਲਪ ਕਰਦੇ ਤਾਂ ਇਹ ਐਫੀਡੈਵਿਟ ਕਿਸੇ ਨੇ ਸਾਈਨ ਕਰਨੇ ਸੀ, ਕਿਸੇ ਨੇ ਚੰਡੀਗੜ੍ਹ ਚੱਲ ਕੇ ਆਉਣਾ ਸੀ, ਕਿਉਂਕਿ ਨਹੀਂ ਤੁਸੀਂ ਕੀਤੀ, ਤੁਸੀਂ ਝੂਠ ਬੋਲਿਆ, ਤੁਸੀਂ ਦੇਸ਼ ਦੀ ਨਾਲ ਗੱਦਾਰੀ ਕੀਤੀ, ਤੁਸੀਂ ਗਰੀਬਾਂ ਨਾਲ ਵੀ ਗੱਦਾਰੀ ਕੀਤੀ ਕਿ ਤੁਸੀਂ ਉਹਨਾਂ ਯੂ ਟਰਾਈ ਟੂ ਬਾਏ ਦੈਮ ਵੋਇਸ ਆਊਟ। ਸੋ ਇਹਨਾਂ ਗੱਲਾਂ ਨੂੰ ਅੱਜ ਉਜਾਗਰ ਕੀਤਾ ਅਤੇ ਇੱਥੇ ਆ ਕੇ ਕਦੇ ਮੇਰੇ ਪਰਿਵਾਰ ਬਾਰੇ ਕਦੇ ਕਿਸੇ ਬਾਰੇ ਕਹਿਣ ਨੂੰ ਤਾਂ ਮੈਂ ਵੀ ਬਹੁਤ ਕੁਝ ਕਹਿ ਸਕਦਾ। ਆਹ ਇੱਕ ਉਹਨਾਂ ਨਾਲ ਵਜ਼ੀਰ ਸਾਹਿਬ ਬੈਠੇ ਸੀ, ਉਹਨਾਂ ਦੇ ਆਹ ਮੈਂ ਨਹੀਂ ਛਾਪੀ, ਇੱਕ ਕਾਂਗਰਸੀ ਨੇ ਕਿਤਾਬ ਛਾਪੀ ਹੈ, ਫਰੋਮ ਜ਼ੀਰੋ ਟੂ ਕਰੋੜਪਤੀ, ਅ ਕ੍ਰਿਮੀਨਲ ਕਨਵਿਕਟ ਇੰਜੋਇੰਗ ਮਿਨਿਸਟਰਸ਼ਿਪ, ਅ ਟੋਡੀ ਬੱਚਾ ਇਨ ਡਿਸਕਾਈਜ਼ ਆਫ ਅ ਦੇਸ਼ ਭਗਤ। ਇਹ ਸੰਤੋਖ ਸਿੰਘ ਰੰਧਾਵਾ ਜੀ ਬਾਰੇ ਇਹ ਕਿਤਾਬ ਛਾਪੀ ਹੈ। ਛਾਪਣ ਵਾਲੇ ਨੇ ਆਪਦੇ ਨਾਂ ਵੀ ਦਿੱਤਾ ਅਤੇ ਪਤਾ ਵੀ ਦਿੱਤਾ, ਨਰਿੰਦਰ ਸਿੰਘ ਭੁੱਲਰ ਪਿੱਛੇ। ਇਹਦੇ 'ਚ ਜੇ ਐ ਮੈਂ ਗੱਲਾਂ ਕੱਢਣ ਲੱਗਾਂ ਤਾਂ ਫਿਰ ਲੱਗਣੀਆਂ ਚੀਕਾਂ, ਨਿਕਲਣੀਆਂ ਚੀਕਾਂ। ਬਟ ਇਹ ਕੀ ਵਿਧਾਨ ਸਭਾ 'ਚ ਅੱਜ ਆ ਕੇ 2019 'ਚ ਇਹ ਹਰ ਗੱਲ ਨੂੰ ਸਾਈਡ ਟਰੈਕ ਕਰਨਾ ਚਾਹੁੰਦੇ, ਹਰ ਗੱਲ ਨੂੰ ਸਾਈਡ ਸਟੈਪ ਕਰਨਾ ਚਾਹੁੰਦੇ ਕਿ ਲੋਕਾਂ ਦੇ ਮੁੱਦੇ 'ਤੇ ਤਾਂ ਗੱਲ ਹੀ ਨਾ ਆਵੇ। ਜਿੱਥੇ 2017 ਨੂੰ ਇਲੈਕਸ਼ਨ ਹੋਈ ਉਹ ਗੱਲ ਕਰੋ ਹੀ ਨਾ, ਪੁੱਠੀਆਂ ਸਿੱਧੀਆਂ ਗੱਲਾਂ, ਜੋ ਗੱਲਾਂ ਨਹੀਂ ਠੀਕ ਜਾਪਦੀਆਂ ਹੁੰਦੀਆਂ ਅਤੇ ਹਾਲਾਤ ਵਿਧਾਨ ਸਭਾ ਦੇ ਡਿਬੇਟ ਦੇ ਬਣਾ ਤੇ ਗਏ। ਅਸੀਂ ਐਜ਼ ਓਪੋਜੀਸ਼ਨ ਪ੍ਰੋਟੈਸਟ ਕਰਨਾ, ਸਰਕਾਰਾਂ ਨੂੰ ਉਹਦੀ ਗੱਲ ਯਾਦ ਕਰਾਉਣੀ। ਤੁਸੀਂ ਉਸ ਦਿਨ ਵੀ ਵੇਖਿਆ ਸੀ ਜੇ ਮੈਂ ਹੀ ਆਪਦਾ ਕੰਟਰੋਲ ਰੱਖਿਆ, ਨਹੀਂ ਤਾਂ ਮੰਤਰੀ ਤਾਂ ਚੌਥੇ ਜੰਗ ਲੜਨਾ ਚਾਹੁੰਦਾ ਸੀ। ਅਸੀਂ ਤਾਂ ਆਪਦਾ ਪ੍ਰੋਟੈਸਟ ਕਰਦੇ ਰਹੇ। ਉਹ ਮੈਂ ਤਾਂ ਕਹਿੰਦਾ ਅਗਲੀ ਵਾਰੀ ਐਂਬੂਲੈਂਸ ਲੈ ਕੇ ਆਇਆ ਕਰਨ ਸਪੀਕਰ ਸਾਹਿਬ, ਕਿਉਂਕਿ ਇਹਦਾ ਪਤਾ ਨਹੀਂ ਕਦੋਂ ਬਲੱਡ ਪ੍ਰੈਸ਼ਰ ਨਾਲ ਕੁਛ ਹੋ ਜੂਗਾ ਅਤੇ ਸਾਡੇ ਵਰਗਿਆਂ ਦੇ ਝੂਠਾ ਪਰਚਾ ਦਰਜ ਹੋ ਜਾਣਾ ਕਿ ਅਸੀਂ ਕਰਾਤਾ। ਇਹ ਆਪਦਾ ਹੀ ਆਪਾਂ ਖੋਕ ਬੈਠਦਾ ਆਈ ਵਾਰੀ, ਇਹਦੇ ਧਿਆਨ ਰੱਖਣ ਵਾਸਤੇ ਕਿ ਇਹਨੂੰ ਚੈੱਕ ਕਰਕੇ ਮੈਡੀਕਲੀ ਫਿੱਟ ਹੈ ਫਿਰ ਵਿਧਾਨ ਸਭਾ 'ਚ ਲਿਆਇਆ ਕਰੋ, ਨਹੀਂ ਤਾਂ ਪਤਾ ਨਹੀਂ ਕੀ ਛਾਲਾ ਮਾਰੀ ਜਾਂਦਾ ਛਦਾਈਆਂ ਵਾਂਗੂ ਉੱਥੇ। ਮੰਤਰੀ ਦਾ ਕੰਮ ਹੈ ਜੀ, ਇਹ ਮੰਤਰੀ ਦਾ ਸਰਕਾਰ ਦਾ ਕੰਮ ਹੈ ਹਾਊਸ ਚਲਾਉਣਾ, ਮਗਰ ਇਹ ਪਹਿਲੀ ਸਰਕਾਰ ਹੈ ਜਿਹੜਾ ਹਾਊਸ ਚਲਾਉਣਾ ਹੀ ਨਹੀਂ ਚਾਹੁੰਦੀ, ਗਾਹ ਪਾਈ ਜਾਂਦੀ ਆ ਆਪਦੇ ਮਸਲੀ ਬੰਦੇ, ਗਾਹ ਪਾਈ ਜਾਂਦੇ ਆ। ਇੱਕੋ ਦੂਜਾ ਨਾਗਰਾ ਸਾਹਿਬ, ਪਤਾ ਨਹੀਂ ਵੱਡੀ ਦੂਜੇ ਪਰਿਵਾਰਾਂ ਬਾਰੇ ਗੱਲਾਂ ਕਰਨੀ, ਆਪਦੇ ਉਹਦੇ ਫਾਦਰ ਦਾ ਪਤਾ ਕਰਿਓ ਕੀ ਰਿਟਾਇਰ ਹੋਏ ਸੀ ਐਜ ਪਟਵਾਰੀ, ਅਤੇ ਆਪ ਅਰਬਾਂ ਕਰੋੜਪਤੀ ਬਣੀ ਬੈਠੇ, ਦੁਨੀਆ ਸਾਰੀ ਨੂੰ ਸਲਾਹ ਦੇਣ ਦੇ। ਮੈਂ ਹੈਰਾਨ ਹੁੰਦਾ ਕਿ ਦਿਸ ਇਜ਼ ਵਾਟ ਵੀ ਆਰ ਗੋਇੰਗ ਟੂ ਡਿਸਕਸ ਇਨ ਦਾ ਪੰਜਾਬ ਵਿਧਾਨ ਸਭਾ, ਇਟ ਸੋ ਸੈਡ ਸਟੇਟ ਆਫ ਅਫੇਅਰਸ। ਕਿ ਤੁਸੀਂ ਸੱਚਾਈ ਦੀ ਗੱਲ ਨਾ ਕਰੋ, ਨਹੀਂ ਤਾਂ ਯੂ ਵਿਲ ਬੀ ਪਰਸਨਲੀ ਟਾਰਗੇਟਿਡ, ਦਿਸ ਇਜ਼ ਦਾ ਰਿਐਲਿਟੀ ਆਫ ਦਾ ਵਿਧਾਨ ਸਭਾ। ਤੁਸੀਂ ਕੁਝ ਗੱਲ ਪੁੱਛਣਾ ਚਾਹੁੰਦੇ? ਉਹ ਇਸ ਲਈ ਹੋ ਰਿਹਾ ਨਾ ਜੀ, ਅਗਰ ਦੇਖੋ ਆਪ ਤੋਂ ਕੰਪਰੋਮਾਈਜ਼ ਮੇਂ ਹੋਗੀ। ਅੱਜ ਆਪ ਨੇ ਪਹਿਲਾ ਇਸ਼ੂ ਉਠਾਇਆ, ਵੋ ਵੀ ਇਹਨਾਂ ਨੇ ਨਹੀਂ ਉਠਾਇਆ, ਰਲੀ ਮਿਲੀ ਭੁਗਤ ਨਾਲ ਉਠਾਇਆ ਗਿਆ। ਨਵਜੋਤ ਸਿੰਘ ਸਿੱਧੂ ਔਰ ਆਸ਼ੂ ਕਾ ਪ੍ਰਸ ਮੇਂ ਝਗੜਾ ਚਲਤਾ ਹੈ, ਮਗਰ ਮੈਂ ਆਪਕੋ ਆਜ ਇੱਕ ਬਾਤ ਬਤਾ ਦੂੰ, ਜਬ ਇਹ ਖਬਰ ਲੱਗ ਗਈ ਨਵਜੋਤ ਸਿੱਧੂ ਕੋ ਹੋ ਗਿਆ ਕਿ ਅਬ ਮੈਂ ਵੀ ਇਸ ਕਾਮ ਮੇਂ ਫਸੂੰਗਾ, ਤਬ ਉਹਨੇ ਆਪਣੇ ਆਪ ਵਾਲੋਂ ਕੋ ਬੁਲਾਇਆ ਔਰ ਉਨਸੇ ਆਜ ਇਹ ਇਸ਼ੂ ਉਠਵਾਇਆ। ਮਗਰ ਇਹ ਇਨਕੁਆਇਰੀ ਹੋ ਕੇ ਕਬ ਸੇ ਪੜੀ ਹੈ ਸਿੱਧੂ ਕੇ ਪਾਸ, ਉਸਨੇ ਕਿਆ ਕਰਾ, ਵਾਟ ਐਕਸ਼ਨ ਡਿਡ ਹੀ ਟੇਕ? ਕੱਲ੍ਹ ਪਰਸੋਂ ਕਹਿ ਰਹੇ ਸੀ ਮੈਂ ਠੋਕ ਦੂੰ ਮੰਤਰੀ ਹੋਵੇ ਜਾਂ ਸੰਤਰੀ, ਤਾਂ ਕਿੰਨਾ ਟਾਈਮ ਲੱਗ ਰਿਹਾ ਤੈਨੂੰ ਠੋਕਣ ਨੂੰ? ਸਾਰਾ ਪ੍ਰੂਫ ਤਾਂ ਸਾਹਮਣੇ ਆ। ਇਹ ਜਿਹੜਾ ਰਲ ਮਿਲ ਕੇ ਖੇਡ ਰਹੇ, ਦੇਖੋ ਆਪ ਦੀ ਪੋਜੀਸ਼ਨ ਕੀ ਹੈ, ਤਿੰਨ ਅਸਤੀਫਾ ਦੇ ਗਏ, ਕੌਨਸਟੀਟਿਊਸ਼ਨ ਦੀ ਧੱਜੀਆਂ ਉਡਾਈਆਂ ਜਾ ਰਹੀਆਂ, ਸਾਰਾ ਖਜ਼ਾਨੇ 'ਚੋਂ ਲੁੱਟ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਤਨਖਾਹ ਉਹ ਲੈ ਰਹੇ ਟੀ ਏ ਡੀ ਏ, ਤੁਸੀਂ ਮੈਨੂੰ ਗੱਲ ਦੱਸਿਓ, ਤੁਸੀਂ ਆਪਦੇ ਅਖਬਾਰ 'ਚੋਂ ਅਸਤੀਫਾ ਦੇ ਕੇ
ਤੁਹਾਨੂੰ ਮਿਲ ਜੂ ਜੀ ਤਨਖਾਹ ਉੱਥੋਂ ਜਿਹੜੇ ਜਿਹੜੇ ਅਦਾਰੇ ਨਾਲ ਲੱਗੇ ਹੋ। ਜੇ ਤੁਹਾਨੂੰ ਨਹੀਂ ਮਿਲਦੀ ਤਾਂ ਇਹ ਕਿਹੜੇ ਵੱਡਾ ਕਾਨੂੰਨ ਵੱਖਰਾ ਹੋ ਗਿਆ, ਉਹ ਤਨਖਾਹ ਲੈ ਰਹੇ ਆ, 7-8 ਬੈਠੇ ਆ, 8 ਬੈਠੇ ਆ ਮਗਰ 10 ਫਿਰ ਕਹਿੰਦੇ ਸਾਡਾ ਲੀਡਰ ਆਫ ਆਪੋਜੀਸ਼ਨ ਉਹ ਰੱਖਣਾ। ਇਹ ਰਲ ਮਿਲ ਕੇ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਰੱਖਿਆ ਵੀ ਜੋ ਗੱਲ ਚਾਹੁੰਦੀ ਉਠਾਓ। ਦੇਖੋ ਭਰਾ ਜੀ, ਮੈਂ ਨਹੀਂ, ਮੈਂ ਤਾਂ ਸਾਰੀ ਗੱਲ ਕਰਨ ਤੋਂ ਬਾਅਦ ਕਿਹਾ, ਦੇਸ਼ ਨੇ ਇਮਰਾਨ ਖਾਨ ਦੀ ਅੱਜ ਤੱਕ ਕਿਸੇ ਨੇ ਕੰਡੈਮਨੇਸ਼ਨ ਕੀਤੀ ਨਵਜੋਤ ਸਿੱਧੂ ਨੂੰ, ਕੀਤੀ ਕਿ ਨਹੀਂ ਕੀਤੀ ਮੈਨੂੰ ਸਪਸ਼ਟ ਦੱਸ ਦਿਓ। ਕੀ ਇਮਰਾਨ ਖਾਨ ਨੇ ਕੰਡੈਮ ਕੀਤਾ ਜੋ ਕੁਛ ਹੋਇਆ J&K 'ਚ, ਅਤੇ ਗੱਦਾਰੀ ਕੌਣ ਕਰ ਰਿਹਾ? ਤੁਸੀਂ ਵੇਖ ਲਓ ਉਹ ਜੋੜੇ ਫਾਟਕ ਵਾਲਿਆਂ ਨਾਲ ਕਾਠ ਨਾਲ ਕੀ ਪਰਚਾ ਦਰਜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਕਿ ਨਹੀਂ? ਗੱਦਾਰੀ ਕੌਣ ਕਰ ਰਿਹਾ ਉਹਨਾਂ ਗਰੀਬਾਂ ਨਾਲ ਤੁਹਾਡੇ ਸਾਹਮਣੇ? Absolutely, I think it's an issue-based agenda. I think we have to be very clear on this. When the entire house got up to condemn the Pulwama attack and condemn the role of Imran Khan, Jaish-e-Mohammed, General Bajwa, why did Mr. Sidhu not condemn it? Has he condemned it till date? Tell me one thing. The entire nation stands in unity. This man stands separately. I haven't thrown him out of the Kapil Sharma show. I haven't asked the film fraternity to ban him. It's because of his own stand that all this has happened. Second issue, this Joda Phatak victim, it's been 4 months. If they were cheated by Mr. and Mrs. Sidhu and they have come here, is it my job, my duty to raise their issue, yes or no, whether it is Sidhu or anybody else? I will continue doing my job. ਚਲੋ ਮੈਂ ਹੁਣ ਇਸੇ ਗੱਲ 'ਤੇ ਆਉਂਦਾ ਜੀ, ਤੁਸੀਂ ਗੱਲ ਦੱਸੋ, ਇਹ 1919 ਦਾ ਵਾਕਿਆ ਅੱਜ ਆਪਾਂ ਕਿਹਦੇ 'ਚ ਬੈਠੇ ਹਾਂ ਜੀ? 2019 ਨਹੀਂ, ਤੁਸੀਂ ਦੱਸ ਦਿਓ ਨਾ 2020, 100 ਸਾਲ ਪਹਿਲਾਂ ਤੁਸੀਂ ਸੀ ਉੱਥੇ? ਬੇਨਤੀ ਸੁਣ ਲਓ ਨਾ ਜੀ, ਗੱਲ ਸੁਣ ਲਓ ਹੁਣ, ਕੋਈ ਹਿਸਟੋਰੀਕਲ ਫੈਕਟ ਲਿਆਓ। ਇਹ ਨਵਜੋਤ ਸਿੰਘ ਸਿੱਧੂ ਉੱਥੇ ਕੀ ਲੱਗਿਆ ਸੀਗਾ? ਲਾਂਗਰੀ ਲੱਗਿਆ ਸੀ ਜਦੋਂ ਰੋਟੀ ਖਵਾ ਰਹੇ ਸੀ? ਇਹ ਬਾਬਰਚੀ ਸੀ? ਇਹ ਕੀ ਉੱਥੇ ਵੇਟਰ ਲੱਗਿਆ ਸੀ? ਮਤਲਬ ਐਵੇਂ ਬੇਤੁਕੀਆਂ ਗੱਲਾਂ ਕਰ ਜਾਣੀਆਂ ਜੀ, ਤੁਹਾਡੇ ਕੱਲ੍ਹ ਹਿਸਟਰੀ ਨੂੰ ਨਹੀਂ ਕੋਈ ਬਦਲ ਸਕਦਾ। ਮੈਂ ਹੁਣ ਤੁਹਾਨੂੰ ਫੈਕਟ ਦੱਸਦਾ, ਚਲੋ ਕਿਸੇ ਨੂੰ ਆਪਦੇ ਪਰਿਵਾਰ ਬਾਰੇ ਗੱਲ ਕਰਨ ਦੀ ਲੋੜ ਨਹੀਂ ਪੈਂਦੀ, ਮਗਰ ਕਿਉਂਕਿ ਜੋ ਹਾਲਾਤ ਬਣਾਏ ਗਏ, ਮਜੀਠੀਆ ਫੈਮਿਲੀ ਦਾ ਜਾ ਕੇ ਨਾ ਪਲੀਜ਼ ਕੱਢਿਓ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ 1800 ਤੋਂ 1849 ਸਿੱਖ ਆਰਮੀ 'ਚ 16 ਜਰਨੈਲ ਹੋਏ ਆ ਮਜੀਠੀਆ ਪਰਿਵਾਰ ਦੇ, ਅਤੇ ਮੈਂ ਉਹਨਾਂ 'ਚੋਂ ਮੇਨ ਜਿਹੜੇ ਜਰਨੈਲ ਆ ਉਹਨਾਂ ਦਾ ਪੁੱਛਦਾ ਨਾਂ ਦੱਸ ਦੇਣਾ, ਕਿਉਂਕਿ ਬੜੀ ਲੰਮੀ ਕਹਾਣੀ। ਮਜੀਠੀਆ ਫੈਮਿਲੀ ਹੈ ਸਰਵਡ ਇਨ ਦਾ ਸਿੱਖ ਕਮਿਊਨਿਟੀ ਸਿੰਸ ਦਾ ਟਾਈਮ ਆ ਮਹਾਰਾਜਾ ਰਣਜੀਤ ਸਿੰਘ ਵਿਦ ਡਿਫਰੈਂਟ ਜਰਨੈਲਸ, ਜਰਨਲ ਦੇਸਾ ਸਿੰਘ ਜੀ, ਜਰਨਲ ਰਹਿਣਾ ਸਿੰਘ ਜੀ, ਜਰਨਲ ਰਣਜੋਤ ਸਿੰਘ ਜੀ, ਜਰਨਲ ਸੂਰਜ ਸਿੰਘ ਜੀ, ਸਰਦਾਰ ਸੁੰਦਰ ਸਿੰਘ ਜੀ ਦੇ ਫਾਦਰ ਸਾਹਿਬ, ਔਰ ਉਹਨਾਂ ਨੂੰ ਜੇਲ੍ਹ ਕੀਤਾ ਗਿਆ ਬਨਾਰਸ ਜੇਲ੍ਹ 'ਚ। ਕਿਉਂ ਜੇਲ੍ਹ ਕੀਤਾ ਗਿਆ? ਮਹਾਰਾਣੀ ਜਿੰਦਾ ਨਾਲ ਉਹ ਉੱਥੇ ਅੰਦਰ ਰਹੇ ਬਨਾਰਸ ਜੇਲ੍ਹ 'ਚ। ਕਿਉਂ ਰਹੇ? ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵੱਡੇ ਹਿੱਸੇ ਸਨ, ਮਿਸਲ ਸੀ ਇੱਕ ਮਜੀਠੀਆ ਫੈਮਿਲੀ ਦੀ।
ਕੀ ਹੈ ਹਿਸਟਰੀ ਨੂੰ ਬਦਲ ਦੇਣਗੇ। ਫਿਰ ਦੂਜੀ ਲਾਸਟ ਉਹ ਤਾਂ ਮੇਰੇ ਦਾਦ ਪਰਦਾਦਾ ਜੀ ਆਪ ਅੰਦਰ ਸੀ ਜੀ, ਵੀਵਰ ਇਨ ਬਨਾਰਸ ਜੇਲ, ਵੀਵਰ ਇਨ ਜੇਲ, ਰਾਣੀ ਐਂਡ ਜੀਵਰ ਟੂਗੈਦਰ, ਦੈਟਸ ਵਾਟ ਆਈ ਐਮ ਸੇਇੰਗ। ਮਹਾਰਾਣੀ ਜਿੰਦਾ ਜਨਰਲ ਸੂਰਤ ਸਿੰਘ ਵਰ ਇਨ ਜੇਲ ਟੂਗੈਦਰ। ਨਾ ਮੇਰੀ ਦੂਜੀ ਗੱਲ ਸੁਣ ਲਿਓ, ਇਹ 1920 ਦਾ ਵਾਕਿਆ, 1919 ਦਾ ਵਾਕਿਆ ਜਲਿਆਂਵਾਲਾ ਬਾਗ, ਅਤੇ 1920 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਹੈ। ਤੁਸੀਂ ਸਮਝ ਸਕਦੇ ਹੋ ਕਿ ਜੇ ਇਸ ਪਰਿਵਾਰ ਬਾਰੇ ਇਹ ਕੁਛ ਕਿਹਾ ਜਾ ਰਿਹਾ, ਸਾਰਾ ਸਿੱਖ ਕੌਮ ਸਰਬਸੰਮਤੀ ਨਾਲ, ਸਾਰਾ ਸਿੱਖ ਜਗਤ ਸਰਬਸੰਮਤੀ ਨਾਲ, ਫਸਟ ਪ੍ਰੈਜੀਡੈਂਟ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸੁੰਦਰ ਸਿੰਘ ਜੀ ਮਜੀਠੀਆ, ਜਾ ਕੇ ਉੱਥੇ ਬੋਰਡ 'ਚ ਪੜ੍ਹ ਲਓ, ਐਂਡ ਫਸਟ ਜਿਹੜਾ ਪ੍ਰੈਜੀਡੈਂਟ ਆਫ SGPC ਜਦੋਂ SGPC ਬਣੀ ਹੈ। ਦੂਜੀ ਗੱਲ, ਸਰਦਾਰ ਸੁੰਦਰ ਸਿੰਘ ਮਜੀਠੀਆ ਦੇ, ਹੁਣ ਮੈਂ ਤੁਹਾਨੂੰ ਕੁਛ ਕੰਮ ਦੱਸ ਦਿੰਦਾ, ਜਿਹੜੀ ਹਰੀ ਸਿੰਘ ਨਲਵਾ ਜੀ ਦੀ ਡੈਥ ਹੁੰਦੀ ਹੈ, ਉਹਦੇ ਬਾਅਦ ਉਹ ਜਿਹੜੀ ਜਗ੍ਹਾ ਕਮਾਂਡਰ ਬਣਾਇਆ ਜਾਂਦਾ ਹੈ ਉਹ ਸਿੱਖ ਆਰਮੀ ਦਾ, ਉਸ ਜਥਾ ਦਾ ਜਨਰਲ ਸੂਰਜ ਸਿੰਘ ਜੀ ਨੂੰ ਬਣਾਇਆ ਜਾਂਦਾ। ਹੁਣ ਮੈਂ ਸਰਦਾਰ ਸੁੰਦਰ ਸਿੰਘ ਜੀ ਬਾਰੇ ਤੁਹਾਨੂੰ ਦੱਸ ਦਿਆਂ ਥੋੜ੍ਹਾ। ਪਹਿਲੀ ਗੱਲ, ਕਿਹੜੀ ਕਿਹੜੀ ਇੰਸਟੀਟਿਊਸ਼ਨ ਉਹਨਾਂ ਨੇ ਕੀਤੀਆਂ, ਇਹ ਤਾਂ ਨਹੀਂ ਨਾ ਲੁਕੋ ਦਿਨ ਭਗਵਾਨ ਸਿੰਘ ਇਹਦਾ ਡੈਡੀ ਸੀ, ਉਹਦੇ ਕਾਰਨਾਮੇ ਕੀ ਸੀ, ਮੈਂ ਉਹਦੇ 'ਚ ਜਾਣਾ ਨਹੀਂ ਜਾਣਾ ਚਾਹੁੰਦਾ, ਤੁਸੀਂ ਜਿਹੜਾ ਪਤਾ ਕਰ ਲਿਓ ਪਟਿਆਲੇ ਤੋਂ ਸਾਰੇ ਟੱਬਰ ਦਾ ਪਤਾ ਲੱਗ ਜੂ। ਇਹਦੀ ਵਾਈਫ ਕਿਉਂ ਦੋ ਵਾਰੀ ਹਸਪਤਾਲਾਂ 'ਚ ਦਾਖਲ ਹੋਈ, ਮੈਂ ਉਸ 'ਚ ਨਹੀਂ ਜਾਣਾ ਚਾਹੁੰਦਾ। ਇਹਨੇ ਗੁਰਨਾਮ ਸਿੰਘ ਇੱਕ ਬਜ਼ੁਰਗ ਬੰਦੇ ਦਾ ਮਰਡਰ ਕੀਤਾ, ਮਰਡਰ ਕਰਕੇ ਕੋਰਟ 'ਚ ਜਾ ਕੇ ਝੂਠ ਬੋਲਿਆ, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰਾ ਕੰਮ ਨਹੀਂ ਉਹ। ਮਗਰ ਮੈਂ ਹੁਣ ਤੁਹਾਨੂੰ ਦੱਸ ਦਿਆਂ, ਖਾਲਸਾ ਕਾਲਜ ਜਿੱਥੇ ਲੱਖਾਂ ਬੱਚਾ ਪੜ੍ਹ ਕੇ ਗਿਆ, ਕਰੋੜਾਂ ਹੀ ਬੱਚਾ ਪੜ੍ਹ ਕੇ ਗਿਆ, ਸਿੱਖ ਇੰਸਟੀਟਿਊਸ਼ਨ ਬਣਾਉਣ ਦਾ ਕੰਮ ਉੱਥੇ ਮੇਰੇ ਪਰਦਾਦਾ ਜੀ ਸੁੰਦਰ ਸਿੰਘ ਜੀ ਮਜੀਠੀਆ ਨੇ ਕੀਤਾ। ਵਿਲੀ ਰਿਮੂਵ ਦਾ ਡਿਸਟਰੀ ਚੀਫ ਖਾਲਸਾ ਦੀਵਾਨ, ਜਿੱਥੇ ਲੱਖਾਂ ਕਰੋੜਾਂ ਬੱਚੇ ਸਕੂਲ ਐਜੂਕੇਸ਼ਨ ਲੈ ਰਹੇ, ਕੋਈ ਉਦੋਂ ਐਜੂਕੇਸ਼ਨ ਦਾ ਨਾ ਕਾਲਜ ਹੁੰਦਾ ਸੀ ਨਾ ਸਕੂਲ ਹੁੰਦਾ ਸੀ, ਉਹਨੂੰ ਬਣਾਉਣ ਦਾ ਕੰਮ ਕੀਤਾ। ਬਿਕੋਜ਼ ਹੀ ਵਾਜ਼ ਅ ਬੈਪਟਾਈਜ਼ਡ ਸਿੱਖ, ਹੀ ਵਾਜ਼ ਆਲਸੋ ਮੇਡ ਅੰਮ੍ਰਿਤਧਾਰੀ ਸਨ, ਉਹਨਾਂ ਨੂੰ ਸੈਕਟਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦਾ ਬਣਾਇਆ ਗਿਆ 1894 'ਚ। ਫਿਰ ਫਾਊਂਡਿੰਗ ਮੈਂਬਰ ਆਫ ਚੀਫ ਖਾਲਸਾ ਦੀਵਾਨ, ਸੈਕਟਰੀ ਰਹੇ ਚੀਫ ਖਾਲਸਾ ਦੀਵਾਨ ਦੇ, ਖਾਲਸਾ ਕਾਲਜ ਦੇ ਉਹ ਲੰਮਾ ਸਮਾਂ ਪ੍ਰਧਾਨ ਰਹੇ, ਖਾਲਸਾ ਐਡਵੋਕੇਟ ਪੇਪਰ ਉਹਨਾਂ ਨੇ ਬਣਾਇਆ, ਸੈਂਟਰਲ ਖਾਲਸਾ ਔਰਫਨੇਜ ਅੰਮ੍ਰਿਤਸਰ 1904 'ਚ ਬਣਾਈ, ਬਿਗਨਿੰਗ ਆਫ ਸਿੱਖ ਐਜੂਕੇਸ਼ਨ ਕਾਨਫਰੰਸ 1908 'ਚ ਜਦ ਹੋਈ, ਫਾਊਂਡਿੰਗ ਮੈਂਬਰ ਆਫ ਪੰਜਾਬ ਐਂਡ ਸਿੰਧ ਬੈਂਕ ਉਹ ਰਹੇ, ਉਹ ਨਾਲ ਹੀ ਜਿਹੜੇ ਲੈਜਿਸਲੇਟਿਵ ਕਾਊਂਸਲ ਸੀ, ਉਹ ਲੈਜਿਸਲੇਟਿਵ ਕਾਊਂਸਲ ਦੇ ਹੁਣ ਮੈਂਬਰ ਸੁਣ ਲਿਓ ਜੀ, ਉਹਦੇ 'ਚ ਇੱਕ ਤਾਂ ਜਿੰਨਾ ਸਾਹਿਬ ਆਪ ਸਨ, ਇੱਕ ਮਦਨ ਮੋਹਨ ਮਾਲਵੀਆ ਸੀ ਜਿਹੜੇ 4 ਵਾਰੀ ਪ੍ਰੈਜੀਡੈਂਟ ਬਣੇ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ, ਉਹ ਵੀ ਲੈਜਿਸਲੇਟਿਵ ਕਾਊਂਸਲ ਦੇ ਮੈਂਬਰ ਸਨ। ਵਿੱਠਲ ਭਾਈ ਪਟੇਲ, ਐਲਡਰ ਬ੍ਰਦਰ ਆਫ ਸਰਦਾਰ ਪਟੇਲ ਸਾਹਿਬ, ਉਹ ਵੀ ਉਸੇ ਲੈਜਿਸਲੇਟਿਵ ਕਾਊਂਸਲ ਨਾਲ ਮੇਰੇ ਪਰਦਾਦਾ ਜੀ ਨਾਲ ਮੈਂਬਰ ਸਨ। ਗੋਪਾਲ ਕ੍ਰਿਸ਼ਨ ਗੋਖਲੇ ਜੀ, ਸੀਨੀਅਰ ਲੀਡਰ ਆਫ ਇੰਡੀਅਨ ਨੈਸ਼ਨਲ ਕਾਂਗਰਸ, ਉਹ ਵੀ ਉਸੇ ਲੈਜਿਸਲੇਟਿਵ ਕਾਊਂਸਲ ਦੇ ਮੈਂਬਰ ਸਨ। ਨਾਲ ਹੀ ਸਰਦਾਰ ਜਿਹੜੇ ਛੋਟੂ ਰਾਮ ਜੀ, ਸਿਕੰਦਰ ਹਯਾਤ ਸਾਹਿਬ, 3 ਕਮਿਊਨਿਟੀ 'ਚੋਂ ਇੱਕ ਇੱਕ ਬੰਦਾ ਚੁਣਿਆ ਗਿਆ ਕਿ ਹੂ ਵਾਜ਼ ਮੋਸਟ ਰਿਸਪੈਕਟਿਡ। ਸਰ ਛੋਟੂ ਰਾਮ ਜੀ ਨੂੰ ਬਣਾਇਆ ਗਿਆ, ਸਿਕੰਦਰ ਹਯਾਤ ਸਾਹਿਬ ਨੂੰ ਬਣਾਇਆ ਗਿਆ, ਅਤੇ ਨਾਲ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਨੂੰ ਬਣਾਇਆ ਗਿਆ। ਫਿਰ ਉਹਨਾਂ ਨੇ ਖਾਲਸਾ ਪਾਰਟੀ ਬਣਾਈ, ਬਟਾਲੇ ਤੋਂ ਚੋਣ ਲੜੇ, ਅਤੇ ਉਹ ਲੰਮਾ ਸਮਾਂ ਲੈਜਿਸਲੇਟਿਵ ਕਾਊਂਸਲ ਦੇ ਰੈਵਨਿਊ ਮਿਨਿਸਟਰ ਦੇ ਤੌਰ 'ਤੇ ਪੰਜਾਬ 'ਚ ਉਹਨਾਂ ਨੇ ਸੇਵਾ ਕੀਤੀ। ਇਸੇ ਤਰ੍ਹਾਂ ਜਿਹੜਾ ਅੱਜ RBI ਹੈ, ਇਹ ਇੰਪੀਰੀਅਲ ਬੈਂਕ ਹੁੰਦਾ ਸੀ ਉਦੋਂ,
ਉਹਦੇ ਵੀ ਉਹਨਾਂ ਨੂੰ ਗਵਰਨਰ ਬਣਾਇਆ ਗਿਆ। ਇਹ ਹਿਸਟਰੀ ਉਹਨਾਂ ਬੜੀ ਲੰਬੀ, ਹੁਣ ਤੁਹਾਨੂੰ ਛੇੜ ਲਿਆ, ਹੁਣ ਤੁਹਾਨੂੰ ਸੁਣਨੀ ਪੈਣੀ ਥੋੜ੍ਹਾ। ਮੈਂ ਅਗਲੀ ਗੱਲ 'ਤੇ ਆ ਰਿਹਾ, ਰਿਕਾਰਡ ਦੀ ਗੱਲ ਹੈ। ਰੀਪੂ ਦਮਨ ਸਿੰਘ ਜੀ ਨੇ ਆਨੰਦ ਮੈਰਿਜ ਐਕਟ ਇੰਟਰੋਡਿਊਸ ਕੀਤਾ, ਉਸ ਆਨੰਦ ਮੈਰਿਜ ਐਕਟ ਨੂੰ ਕਿ ਇਟ ਸ਼ੁੱਡ ਸੀ ਦਾ ਲਾਈਟ ਆਫ ਡੇ, ਉਹਦੇ ਵਾਸਤੇ ਸ਼ਾਹ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਨੇ ਉਦੋਂ ਯੋਗਦਾਨ ਪਾਇਆ। ਕਿਰਪਾਨ ਨੂੰ, ਵੱਡੀ ਕਿਰਪਾਨ ਬਰਮਾ 'ਚ ਅਤੇ ਹਿੰਦੁਸਤਾਨ 'ਚ ਅਲਾਊਡ ਨਹੀਂ ਹੁੰਦੀ ਸੀ ਲਿਜਾਣੀ, ਉਹਦੀ ਮਨਜ਼ੂਰੀ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਨੇ ਦਵਾਈ। ਇਸ ਲਈ ਇਹ ਬੜਾ ਕੁਛ ਹੈ। ਫਿਰ ਹਾਂ, ਫਿਰ ਇੱਕ ਚਾਰਟਰ ਆਫ ਡਿਮਾਂਡ ਪ੍ਰਜੈਂਟ ਕੀਤਾ ਔਨ ਬਿਹਾਫ ਆਫ ਦਾ ਸਿੱਖਸ ਕਿ ਇਹਨਾਂ ਨੂੰ ਮਾਈਨੋਰਿਟੀ ਕਮਿਊਨਿਟੀ ਇਨ 1931 ਜਦੋਂ ਇਹਨਾਂ ਨੂੰ ਐਲਾਨ ਕੀਤਾ ਜਾਵੇ, ਉਹ ਵੀ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਨੇ ਕੀਤਾ ਸੀ। ਮੈਂ ਇਹਦੇ ਡੈਡੀ ਵਾਂਗੂ ਨਹੀਂ ਜਾਂ ਇਹਦੇ ਵਾਂਗੂ ਨਹੀਂ ਜਿਹਨੇ ਰੋਜ਼ ਪਿਓ ਬਦਲਿਆ ਹੋਵੇ ਨਾਲੇ ਭੱਜਿਆ ਹੋਵੇ। ਬਾਕੀ ਜੇ ਬਾਬਰਚੀ ਦੇ ਰੂਪ 'ਚ ਉੱਥੇ ਆਇਆ ਸੀ ਰੋਟੀ ਲਈ, ਉਹਦਾ ਪਰੂਫ ਦੇ, ਰੋਟੀ ਬਣਾਈ ਕਿਹਨੇ, ਕਿਹਨੇ ਐਵੇਂ ਹਵਾ 'ਚ ਛੱਡਤੀ ਜੀ ਰੋਟੀ ਖਵਾਈ ਸੀ, ਦੱਸ ਦਿਓ ਕਿੱਥੇ ਰਿਕਾਰਡ ਰੋਟੀ ਖਵਾਈ ਸੀ। ਮੈਂ ਤੁਹਾਨੂੰ ਕਿਤਾਬ ਮੈਂ ਵੀ ਲਿਆ ਕੇ ਦੇ ਦੂੰ, ਹਿਸਟਰੀ ਮੇਰੀ ਬੇਨਤੀ ਸੀ। ਮੈਂ ਤੁਹਾਨੂੰ ਐਨ ਰਿਕਾਰਡ ਦਊਂ ਜੀ, ਰਿਕਾਰਡ ਦੇ ਨਾਲ ਗੱਲ ਕਰੂੰ। ਇੱਕ ਕਿਤਾਬ ਨਹੀਂ ਹੈ, ਕਈਆਂ ਕਿਤਾਬਾਂ ਨੇ। ਦੇਖੋ ਇੱਥੇ ਹਰ ਹਿਸਟੋਰੀਅਨ ਨੇ ਅੱਡ ਅੱਡ ਚੀਜ਼ਾਂ ਅੱਡ ਅੱਡ ਸਮੇਂ ਦੀ ਲਿਖੀ ਆ, ਮੈਂ ਤੁਹਾਨੂੰ ਹਿਸਟਰੀ ਦੀ ਕਿਸੇ ਨਹੀਂ ਲਿਖੀ। ਹਾਂ ਮੈਂ ਅਗਲੀ ਗੱਲ 'ਤੇ ਆ ਰਿਹਾ, ਮੈਂ ਅਗਲੀ ਗੱਲ 'ਤੇ ਆ ਪੂਛ ਰਹਾ ਹੂੰ ਜੀ। ਮੈਨੇ ਤੋ ਵੋ ਮੁੱਦਾ ਉਠਾਇਆ ਥਾ, ਤੋ ਅਗਰ ਅਗਰ ਆਜ ਕੇ ਮੁੱਦੇ ਉਠਾਓ ਤੋ ਯੇ ਮੇਰੇ ਕੋ 1919 ਮੇਂ ਲਿਜਾ ਦੇਤੇ ਹੈ ਕਿ ਇਸਕੋ ਇਸ ਕਾਮ ਮੇਂ ਉਡਾ ਦੇ। ਅਗਰ ਮੈਂ ਰੇਲ ਹਾਦਸੇ ਕੀ ਬਾਤ ਨਾ ਕਰੂੰ, ਉਸ ਗਰੀਬ ਕਿਸਾਨ ਕੀ ਬਾਤ ਨਾ ਕਰੂੰ, ਸੁਸਾਈਡ ਕੀ ਬਾਤ ਨਾ ਕਰੂੰ, ਇੰਪਲੋਈਜ਼ ਕੀ ਬਾਤ ਨਾ ਕਰੂੰ, ਤੋ ਮੈਂ ਕਿਆ ਕਰੂੰ? ਕਿਆ ਮੈਂ ਸਿੱਧੂ ਕੋ ਪੁੱਛੂ ਸੁਬਹ ਜਾ ਕੇ ਕਿ ਭਾਈ ਸਾਹਿਬ ਆਜ ਮੈਂ ਕਿਆ ਬੋਲੂੰ ਕਿਆ ਨਹੀਂ ਬੋਲੂੰ? ਮਜੀਠੀਆ ਨਹੀਂ ਕਰਤਾ, ਮਜੀਠੀਆ ਕਹਿੰਦਾ ਇੱਕ 'ਚ ਵੱਜੂ ਜਾ ਕੇ, ਜੋ ਲੋਕਾਂ ਦੀ ਗੱਲ ਹੈ ਉਹ ਰੱਖੂੰਗਾ। ਦੂਜੀ ਗੱਲ ਮੈਂ ਉਹਨੂੰ ਪੁੱਛਣਾ ਚਾਹੁੰਦਾ, ਆਹ ਮੇਰੇ ਬਾਰੇ ਤਾਂ ਬੜਾ ਕੁਛ ਕਹਿਤਾ, ਸੁੱਖੀ ਰੰਧਾਵੇ ਦੇ ਡੈਡੀ ਨੂੰ ਤਾਂ ਬਾਹਲਾ ਚਿਰ ਨਹੀਂ ਨਾ ਹੋਇਆ, ਆਹ ਇਹਦੀ ਕਿਤਾਬ ਹੈ, ਕਾਂਗਰਸੀ ਨੇ ਛਾਪੀ ਹੈ, ਇਹਨੇ ਤਾਂ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦੇ ਅਟੈਕ ਨੂੰ। ਰਾਜੀਵ ਗਾਂਧੀ ਨੇ ਕਿਹਾ ਸੀ ਵੱਡਾ ਦਰੱਖਤ ਡਿੱਗਦਾ ਧਰਤੀ ਹਿੱਲਦੀ ਆ। ਇੰਦਰਾ ਗਾਂਧੀ ਨੇ 3000 ਤੋਂ ਵੱਧ ਮੈਸੇਕਰ ਹੋਇਆ ਸਿੱਖਾਂ ਦਾ, ਕਰਾਇਆ ਕਿਹਨੇ? ਕਾਂਗਰਸ ਪਾਰਟੀ ਨੇ, ਇਹ ਸਾਰੇ ਸਵਾਗਤ ਕਰਨ ਨੂੰ। ਅਤੇ ਜਿਹੜਾ ਕਦੇ ਬਿਆਨ ਮੋਦੀ ਲਈ ਬਦਲ ਲਏ ਉਹ ਭਾਸ਼ਾ ਜਾ ਕੇ ਫੋਟੋ ਸਟੈਟ ਕਾਪੀ। ਹਾਂਜੀ ਐਫੀਡੈਵਿਟ ਮੈਂ ਲਿਆ ਜੀ, 50-60 ਲੋਕਾਂ ਦੇ ਐਫੀਡੈਵਿਟ ਲਿਆਇਆ, ਉਹ ਮੈਂ ਦੇਣਾ ਚਾਹੁੰਦਾ ਸੀ, ਉਹ ਉਹਨਾਂ ਨੇ ਲਿਆ ਨਹੀਂ। ਇਹਦੇ 'ਚ ਲਿਖਿਆ ਜੀ ਮੇਰਾ ਉਹਦਾ ਨਾਂ ਲਿਖਿਆ, 19 ਅਕਤੂਬਰ ਦੇ ਦਿਨ ਦਾ ਵਾਕਿਆ ਲਿਖਿਆ। ਉਸ ਸਮੇਂ ਸਾਡੇ ਨਾਲ ਪੰਜਾਬ ਸਰਕਾਰ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ, ਉਹ ਨਹੀਂ ਪੂਰਾ ਹੋਇਆ। ਫਿਰ ਸਾਡੇ ਪੂਰਬੀ ਹਲਕੇ ਜਿਹੜਾ ਨਵਜੋਤ ਸਿੱਧੂ ਦਾ ਹਲਕਾ ਹੈ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਯਤੀਮ ਬੱਚਿਆਂ ਨੂੰ ਗੋਦ ਲੈ ਕੇ ਉਹਨਾਂ ਦੀ ਸਾਰੀ ਪੜ੍ਹਾਈ ਵਧੀਆ ਵਿਦਿਅਕ ਸੰਸਥਾਵਾਂ ਤੋਂ ਕਰਵਾਉਣ ਦੀ ਅਤੇ ਉਹਨਾਂ ਦੇ ਬਾਕੀ ਸਾਰੇ ਖਰਚ ਕਰਨ ਦੀ ਜ਼ਿੰਮੇਵਾਰੀ ਚੁੱਕੀ ਸੀ ਅਤੇ ਵਿਧਵਾ ਔਰਤ ਦੀ ਸਾਰੀ ਲੋੜੀਂਦਾ ਮਾਲੀ ਮਦਦ ਕਰਨ ਦੀ ਗੱਲ ਆਖੀ ਸੀ।
ਇਹ ਸਾਰੇ ਹੀ ਹਾਦਸੇ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਾਲੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ, ਉਹ ਨਹੀਂ ਹੋਇਆ। ਅੱਜ 4 ਮਹੀਨੇ ਬੀਤ ਜਾਣ ਤੋਂ ਬਾਵਜੂਦ ਪੰਜਾਬ ਸਰਕਾਰ ਅਤੇ ਸਾਡੇ ਪੂਰਬੀ ਹਲਕੇ ਦੇ ਵਿਧਾਇਕ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਡੇ ਨਾਲ ਵਾਅਦੇ ਕੀਤੇ ਗਏ ਸਨ, ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਕਿਸੇ ਵੱਲੋਂ ਸਾਡੀ ਸਾਰ ਲਈ ਗਈ। ਮੈਂ ਪੰਜਾਬ ਸਰਕਾਰ ਅਤੇ ਸਾਡੇ ਪੂਰਬੀ ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਤੋਂ ਮੰਗ ਕਰਦੀ ਹਾਂ ਕਿ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰੋ। ਮੈਂ ਬਿਆਨ ਕਰਦਾ ਹਾਂ ਕਿ ਉਪਰੋਕਤ ਹਲਫੀਆ ਬਿਆਨ ਮੇਰੇ ਇਲਮ ਅਤੇ ਯਕੀਨ ਅਨੁਸਾਰ ਬਿਲਕੁਲ ਠੀਕ ਹੈ ਅਤੇ ਇਸ ਵਿੱਚ ਕੁਛ ਵੀ ਗਲਤ ਨਹੀਂ। ਆਹ ਦੱਸੋ ਕੀ ਮੈਂ ਕਰਾਂ ਹੁਣ? ਦੇਖੋ, ਉਹੀ ਤਾਂ ਗੱਲ ਹੈ, ਜਿਹਨੇ ਜਵਾਬ ਦੇਣਾ ਸੀ ਮੇਰਾ, ਦੈਟ ਇਜ਼ ਵਾਟ ਆਈ ਐਮ ਸੇਇੰਗ। ਇੱਕ ਵਿਧਾਨਕਰ ਦਾ ਰਾਈਟ ਹੀ ਖੋ ਲਿਆ ਗਿਆ, ਸਪਲੀਮੈਂਟਰੀ ਕਰਨਾ, ਇੱਕ ਸਪਲੀਮੈਂਟਰੀ ਅਲਾਊਡ ਹੈ, ਮੈਂ ਉਹ ਕਰ ਰਿਹਾ, ਮੈਨੂੰ ਉਹ ਨਹੀਂ ਕਰਨ ਦੇ ਰਹੇ। ਵਿੱਚ ਮੰਤਰੀ ਜੀ ਹੋਰ ਬੋਲ ਪਏ, ਮੇਰੇ ਤਾਂ ਜਵਾਬ ਹੀ ਨਹੀਂ ਮਿਲਿਆ। ਇੱਕ ਹੀ ਨੌਕਰੀ ਨਹੀਂ ਦੇ ਰਹੇ, ਤੁਸੀਂ ਫਿਰ ਝੂਠ ਕਿਉਂ ਬੋਲ ਰਹੇ? ਵਾਈ ਆਰ ਯੂ ਪਲੇਇੰਗ ਵਿਦ ਗਰੀਬਾਂ ਦੇ ਲੋਕਾਂ ਦੇ ਇਮੋਸ਼ਨ ਨਾਲ ਕਿਉਂ ਖੇਡ ਰਹੀ ਹੈ ਸਰਕਾਰ? ਕਿਉਂ ਝੂਠ ਬੋਲ ਰਹੀ ਹੈ? ਉਹ ਤਾਂ ਸਪਸ਼ਟ ਹੋ ਗਿਆ ਜੀ, ਚੀਟਡ ਦੇ ਪਰਿਵਾਰ ਹੈ, ਬੀਨ ਚੀਟਡ, ਨਹੀਂ ਮਿਲਣੀ ਨੌਕਰੀ। ਲੇਕਿਨ ਉਹ ਕਹਿ ਰਹੇ ਜੋ ਹਾਦਸੇ ਦੀ ਬਾਤ ਕਰ ਰਹੇ ਹਾਂ ਆਪ, ਅੰਮ੍ਰਿਤਸਰ ਰੇਲ ਹਾਦਸੇ ਕੀ, ਸਿੱਧੂ ਅਭੀ ਆਏ ਤੇ ਆਪਸੇ ਪਹਿਲੇ ਉਹਦਾ ਕਹਿਣਾ ਥਾ ਕਿ ਉਹ ਜੋ ਪਰਿਵਾਰ ਜੋ ਉਹਨੇ ਕਹਾ ਥਾ ਉਨਕੇ ਬੱਚੋਂ ਕੋ ਪੜ੍ਹਾ ਰਹੇ ਹੈ, ਪੈਸਾ ਦੇ ਰਹੇ ਹੈ, ਸਾਰਾ ਉਨਕੇ ਪਾਸ ਰਿਕਾਰਡ ਹੈ। ਲਖਬੀਰ ਸਿੰਘ ਸਨ ਆਫ ਜਗੀਰ ਸਿੰਘ, ਉਹ ਬਾਤ ਸੁਣ, ਉਹ ਤਾਂ ਮਾਂ ਝੂਠਾ ਜਿਹੜਾ ਹਰ ਵੇਲੇ ਝੂਠ। ਇੱਕ ਮਿੰਟ ਮੇਰੀ ਬੇਨਤੀ ਸੁਣ ਲਓ, ਚਲੋ ਸਾਰੀ ਗੱਲਾਂ ਛੱਡੋ। ਰਾਹੁਲ ਨੂੰ ਪੱਪੂ ਕੀ ਨੇ ਆਖਿਆ ਸੀ? ਨਵਜੋਤ ਸਿੰਘ ਸਿੱਧੂ ਨੂੰ, ਤੇ ਹੁਣ ਕਹਿੰਦਾ ਪੱਪੂ ਮੇਰਾ ਪਿਓ, ਇਹੀ ਕਹਿੰਦਾ ਨਾ ਫਿਰ? ਨਹੀਂ, ਇੱਕ ਮਿੰਟ, ਸੋਨੀਆ ਗਾਂਧੀ ਬਾਰੇ ਕੀ ਕਿਹਾ ਸੀ? ਮੈਂ ਨਹੀਂ ਕਹਿੰਦਾ, ਮੈਂ ਤਾਂ ਅੱਜ ਵੀ ਸ਼੍ਰੀਮਤੀ ਕਹਿੰਦਾ, ਇਹ ਕਹਿੰਦਾ ਸੀਗਾ ਸੋਨੀਆ ਗਾਂਧੀ ਤੇ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ। ਮੈਂ ਕਿਹਾ ਸੀ, ਇਹਨੇ ਕਿਹਾ ਸੀ, ਫਿਰ ਇਹਨੇ ਇੱਕ ਮੇਰੀ ਗੱਲ ਸੁਣ ਲਓ, ਫਿਰ ਇਹ ਕਹਿੰਦਾ ਸੀ ਜੀ ਮੁੰਨੀ ਨਾਲੋਂ ਨਾਲ ਸ਼ੀਲਾ ਨਾਲੋਂ ਵੱਧ ਕਾਂਗਰਸ ਬਦਨਾਮ ਹੈ, ਕੀ ਕੁਛ ਨਹੀਂ ਕਹਿੰਦਾ ਰਿਹਾ, ਤੇ ਸਾਰੀਆਂ ਗੱਲਾਂ ਕਹਿ ਕੇ ਉਸ ਦਿਨ ਸੋਨੀਆ ਗਾਂਧੀ ਦੇ ਪੈਰਾਂ 'ਚ ਪਿਆ ਸੀ। ਇਹ ਤਾਂ ਮਹਾ, ਮਤਲਬ ਲਫ਼ਜ਼ ਨਹੀਂ ਮੈਂ ਵਰਤ ਸਕਦਾ, ਜਿਵੇਂ ਹੁੰਦਾ ਨਾ ਲਫ਼ਜ਼ ਹੀ ਛੱਡੋ ਜੀ ਕਰ। ਹੋਏ ਹਰਕਤਾਂ ਤਾਂ ਮਗਰੋਂ ਜਿਸ ਦਿਨ ਸਮਝ ਆ ਗਈ, ਮੈਂ ਤਾਂ ਉਸ ਦਿਨ ਹੀ ਮਾਰੀ ਕਿੱਕ, ਮੈਂ ਚੱਲ ਇੱਥੋਂ ਇਹ ਚਟੰਕੀ ਬਾਜ, ਇਹ ਝੂਠਾ ਬੰਦਾ। ਵੇਖੋ ਤੁਹਾਡੀ ਫੋਟੋ ਸਟੈਟ 'ਚ ਨੁਕਸ ਪੈ ਸਕਦਾ, ਮਗਰ ਉਹ ਭਾਸ਼ਣ ਇਹਦਾ ਦੋਵੇਂ ਸੁਣਿਆ ਹੋਣਾ ਮੋਦੀ ਬਾਰੇ ਤੇ ਉੱਥੇ ਉਹ ਜਿਹੜਾ ਕਾਂਗਰਸ ਦਾ ਸੈਸ਼ਨ ਸੀ ਉਹਦੇ ਬਾਰੇ। ਭਾਜੀ ਮੇਰੇ ਕੋਲ ਉਹ ਜਿਹੜੇ ਪਰਿਵਾਰ ਬਾਹਰ ਆਏ ਉਹਨਾਂ ਦੀ ਵੀਡੀਓ ਤੁਸੀਂ ਬਣਾਈ? ਮੈਂ ਤਾਂ ਨਹੀਂ ਨਾ ਬਣਾਈ। ਬੀਬੀ ਜੀ ਮੈਂ ਤਾਂ ਵਧਾਈ ਦੇ ਦਿੰਦੀ, ਮੇਰਾ ਕਾਹਦੀ ਲੜਾਈ ਹੈ ਉਹਦੇ ਨਾਲ? ਮੁੱਦਿਆਂ ਤੇ ਮੈਂ ਲੜੂੰਗਾ, ਮੈਂ ਮੁੱਦਿਆਂ ਤੋਂ ਪਿੱਛੇ ਨਹੀਂ ਹਟਣਾ। ਮੈਂ ਇਹਨਾਂ ਦੀ ਲੜਾਈ ਲੜੂ, ਇਹਨਾਂ ਨੂੰ ਕੱਲੇ ਕੱਲੇ ਨੂੰ ਨੌਕਰੀ ਦਵਾ ਕੇ ਹਟੂ, ਨਵਜੋਤ ਸਿੰਘ ਸਿੱਧੂ ਦੇ ਗੜ 'ਚ ਗੂਠ ਦੇ ਕੇ ਦਵਾਊ। ਕਿੱਥੇ ਸੋ ਦਿਸ ਸ਼ੋਜ਼, ਦਿਸ ਐਗਜੈਕਟਲੀ ਸ਼ੋਜ਼ ਜੋ ਮੈਂ ਗੱਲ ਕਹਿ ਰਿਹਾ, ਉਹਦੀ ਮੋਹਰ ਤਾਂ ਉਹ ਆਪ ਹੀ ਲਾ ਗਏ ਕਿ ਧੱਕਾ।
ਵਿਧਾਨਕਾਰ ਜਿਹੜਾ ਵਿਧਾਨ ਸਭਾ 'ਚ ਮੈਂਬਰ ਆ ਕੇ ਸਾਡੇ ਉਲਟ ਬੋਲੂਗਾ, ਸਾਡੀ ਸੱਚਾਈ ਦੱਸੂਗਾ, ਉਹਨੂੰ ਅਸੀਂ ਸੈਂਸਰ ਕਰ ਦਿਆਂਗੇ, ਉਹਨੂੰ ਬੋਲਣ ਨਹੀਂ ਦੇਵਾਂਗੇ। ਮਗਰ ਮਜੀਠਾ ਆ ਕਹਿ ਕੇ ਚੱਲਿਆ, ਫਿਰ ਇੱਕ 'ਚ ਵੱਜੂ ਜਾ ਕੇ ਥੱਲੇ ਹੋਣੇ। ਜੇ ਅੱਜ ਵੱਜੂ ਜਾਂ ਅਗਲੀ ਵਾਰੀ ਆਊ, ਮੈਂ ਲੋਕਾਂ ਦਾ ਮੁੱਦਾ ਚੱਕੂ, ਮੇਰੀ ਇਹਨਾਂ ਪਰਸਨਲ ਲੜਾਈ ਕੋਈ ਨਹੀਂ, ਐਵੇਂ ਮੈਂ ਤੁਹਾਨੂੰ ਕਹਿ ਦਿਆਂ। ਮੇਰੀ ਕਾਹਦੀ ਲੜਾਈ ਆ? ਚਲੋ ਤੁਸੀਂ ਗੱਲ ਮੁਕਾ ਦਿਓ, ਤੁਸੀਂ ਵਿਚੋਲੇ ਪੈ ਜਾਓ, ਆ ਵਹਿਦੇ ਪੂਰੇ ਕਰਾ ਦਿਓ 61 ਨੌਕਰੀਆਂ ਦੇ, ਜਿਹੜੇ ਜ਼ਿੰਮੇਵਾਰ ਹੈ। ਕੋਈ ਇੱਕ ਚਪੇਟ ਵੀ ਮਾਰਦੇ ਨਾ ਕਿਸੇ ਦੇ ਉੱਤੇ, ਪਰਚਾ ਦਰਜ ਹੋ ਜਾਂਦਾ 324 ਦਾ, ਉਹ ਪਰਚਾ ਦਰਜ ਕਰਾ ਦਿਓ, ਕਾਰਵਾਈ ਕਰਾ ਦਿਓ ਕਿ ਅੱਗੇ ਵਾਸਤੇ ਇਹ ਹਾਦਸਾ ਵਾਪਰੇ ਨਾ। ਜਿਹੜੇ ਲੋਕਾਂ ਨਾਲ ਧੋਖਾ ਹੋਇਆ, ਜਿਹੜੇ ਫੌਜੀ ਸ਼ਹੀਦ ਹੋਏ ਆ, ਉਹਨਾਂ ਦੀ ਫੌਜੀ ਦੀ ਭਾਵਨਾਵਾਂ ਨੂੰ, ਉਹਨਾਂ ਮਾਵਾਂ ਦੀ, ਉਹਨਾਂ ਬੇਟੀਆਂ ਦੀ ਜਿਨ੍ਹਾਂ ਦੇ ਸੁਹਾਗ ਉੱਜੜ ਗਏ, ਬੇਟੇ ਸ਼ਹੀਦ ਹੋ ਗਏ, ਉਹਨਾਂ ਦੀ ਭਾਵਨਾ ਨੂੰ ਧਿਆਨ ਰੱਖਦੇ ਹੋ, ਇਹ ਕਹਿ ਦੇਵੇ ਇੱਕ ਵਾਰੀ ਪਾਕਿਸਤਾਨ ਗੱਦਾਰ ਹੈ। ਮੈਂ ਨਵਜੋਤ ਸਿੰਘ ਸਿੱਧੂ ਦਾ ਅਤੇ ਉਹਦੇ ਨਾਲ ਦੇ ਵਜ਼ੀਰਾਂ ਦਾ ਤਹਿ ਦਿਲੋਂ ਇਹ ਨੌਕਰੀਆਂ ਦਾ ਅਤੇ ਉਹਨਾਂ ਦਾ ਧੰਨਵਾਦ ਕਰਦਾ। ਹੋਰ ਦੱਸੋ ਕੀ ਹੈ? ਮੇਰੀ ਤਾਂ ਮੁੱਦੇ ਦੀ ਗੱਲ ਹੈ, ਮੇਰੀ ਪਰਸਨਲ ਮੁੱਦਾ ਹੀ ਕੋਈ ਮੀਡੀਆ ਤੁਹਾਡੇ ਨਾਲ ਜ਼ਰੂਰ ਖੜਾ ਹੋਏਗਾ, ਮੈਨੂੰ ਪਤਾ ਹੈ। ਪਰ ਇੱਕ ਸਿੱਧੂ ਸਾਹਿਬ ਨੇ ਸਵਾਲ ਕੀਤਾ ਹੈ ਕਿ ਜਿਹੜੇ ਬਾਦਲ ਪਰਿਵਾਰ ਦੀ ਬੱਸਾਂ ਥੱਲੇ ਆ ਕੇ ਲੋਕ ਮਰੇ ਨੇ, ਕੀ ਉਹਨਾਂ ਨੂੰ ਨੌਕਰੀਆਂ ਮਿਲੀਆਂ? ਭਰਾਵਾ, ਉਹ ਤਾਂ ਹਾਈ ਕੋਰਟ ਨੇ ਫੈਸਲਾ ਕਰਤਾ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।